ਨਤੀਜੇ ਅਜੇ ਆਉਣੇ ਸ਼ੁਰੂ ਹੋਏ ਸੀ ਕਿ ਭੁਪਿੰਦਰ ਸਿੰਘ ਹੁੱਡਾ ਨੇ ਤਾਂ ਤਿਆਰੀ ਕਰ ਲਈ ਸੀ, ਉਹ ਦਿੱਲੀ ਨੂੰ ਰਵਾਨਾ ਹੋ ਗਏ ਸੀ, ਢੋਲ ਵੱਜ ਗਏ ਸੀ ਕਾਂਗਰਸ ਦੇ ਘਰੇ, ਅਤੇ 60 ਤੱਕ ਇੱਕ ਵਾਰ ਸੂਚੀ ਚਲੀ ਗਈ ਸੀ। ਅਜੇ ਬਹੁਤ ਮੁੱਢਲੇ ਰੁਝਾਨ ਸੀ, ਬੜੇ ਹਲਕੇ ਰੁਝਾਨ, ਮਤਲਬ ਉਹ 60 ਤੱਕ ਜਾਣ ਤੋਂ ਬਾਅਦ ਇਹਨਾਂ ਨੂੰ ਹੋ ਗਿਆ ਕਿ ਸਾਡੀ ਤਾਂ ਸਰਕਾਰ ਬਣ ਗਈ। 2012 ਦੇ ਵਿੱਚ ਜਦੋਂ ਪੰਜਾਬ 'ਚ ਚੋਣਾਂ ਹੋਈਆਂ ਨਾ, ਤਾਂ PPP ਮੈਦਾਨ 'ਚ ਸੀ, ਅਤੇ ਉਹਨਾਂ ਚੋਣਾਂ ਸਮੇਂ ਕਾਂਗਰਸ ਨੇ ਤੈਅ ਕਰ ਲਿਆ ਕਿ PPP ਨੇ ਅਕਾਲੀਆਂ ਦਾ ਨੁਕਸਾਨ ਕਰਨਾ ਅਤੇ ਸਾਡੀ ਜਿੱਤ ਪੱਕੀ ਹੈ। ਅਤੇ ਕੈਪਟਨ ਅਮਰਿੰਦਰ ਸਿੰਘ ਰਾਜਭਵਨ ਪਹੁੰਚ ਕੇ 2 ਦਿਨ ਪਹਿਲਾਂ, ਅਤੇ ਰਾਜਭਵਨ ਜਾ ਕੇ ਰਾਜਪਾਲ ਨੂੰ ਕਹਿੰਦੇ ਜੀ ਅਸੀਂ ਸਟੇਜ ਇੱਧਰ ਲਾਉਣੀ ਹੈ, ਮੇਰੀ ਕੁਰਸੀ ਇੱਥੇ ਡਾਉਣੀ ਆ, ਮੰਤਰੀ ਇੱਥੇ ਬੈਠਣਗੇ, ਟੈਂਟ ਇੱਦਾਂ ਲੱਗੂਗਾ, ਰੋਟੀ ਇੱਥੇ ਲੱਗੂਗੀ, ਸਾਰਾ ਕੁਝ ਤੈਅ ਕਰਿਆ। ਉਹ ਤੋਂ ਬਾਅਦ ਪਟਿਆਲੇ ਜਾ ਕੇ ਹਲਵਾਈ ਲਾ ਲਏ, ਦੇਗ ਚੜ੍ਹਾ ਲਈ, ਹੈ ਨਾ, ਦਾਲਾਂ ਬਣ ਗਈਆਂ, ਪਨੀਰ ਬਣ ਗਿਆ, ਮਟਨ ਬਣ ਗਿਆ, ਜੇ ਬਣ ਗਿਆ, ਬੋਹ ਬਣ ਗਿਆ, ਘਰੇ ਰੋਟੀ ਬਣ ਗਈ ਹਜ਼ਾਰਾਂ ਬੰਦਿਆਂ ਦੀ। ਅਤੇ ਸਵੇਰ ਨੂੰ ਜਦੋਂ ਨਤੀਜੇ ਆਏ ਤਾਂ ਅਕਾਲੀ ਦੁਆਰਾ ਆ ਗਏ, ਅਤੇ ਅਕਾਲੀ ਹੈਰਾਨ ਹੋ ਕੇ ਕਿਹਾ ਕੀ ਹੈ, ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਤਾਂ ਚੰਡੀਗੜ੍ਹ ਛੱਡ ਕੇ ਪਿੰਡ ਨੂੰ ਚਲੇ ਗਏ ਸੀ ਕਿ ਆਪਣੀ ਤਾਂ ਵਾਰੀ ਹੋ ਨਹੀਂ ਆਉਣੀ। ਭੁਪਿੰਦਰ ਸਿੰਘ ਹੁੱਡਾ ਮਤਲਬ ਮੰਨ ਕੇ ਚੱਲ ਰਹੇ ਸੀ ਕਿ ਮੈਂ ਤਾਂ ਜਿੱਤਿਆ, ਮੈਂ CM ਪੱਕਾ, ਮੈਂ ਨਹੀਂ ਤਾਂ ਮੇਰਾ ਮੁੰਡਾ ਬਣੂਗਾ, ਸ਼ੈਲਜਾ ਅਤੇ ਸੁਰਜੇਵਾਲਾ ਨਹੀਂ ਬਣ ਦੇਣੇ। ਅਤੇ ਮੰਨਿਆ ਜਾਂਦਾ ਕਿ ਕੈਪਟਨ ਅਮਰਿੰਦਰ ਨੇ ਉਸ ਸਮੇਂ ਤੈਅ ਕੀਤਾ ਕਿ ਆਪਾਂ ਨੂੰ ਬਹੁਮਤ ਤੋਂ ਵੱਧ ਸੀਟਾਂ ਨਹੀਂ ਚਾਹੀਦੀਆਂ, ਇਸ ਲਈ ਭੱਠਲ ਧੜੇ ਵਾਲੀਆਂ ਆਹ ਹਰਾ ਲਓ, ਹੈ ਨਾ, ਆਹ ਦੂਏ ਧੜੇ ਵਾਲੀਆਂ ਇਹਨਾਂ ਦੀਆਂ ਆਹ ਹਰਾ ਦਿਓ। ਕਹਿੰਦੇ ਕਿ ਕਾਂਗਰਸ ਦੇ ਅੰਦਰ ਹੀ ਕੁਝ ਸੀਟਾਂ ਕੈਪਟਨ ਅਮਰਿੰਦਰ ਗਰੁੱਪ ਨੇ ਟਿੱਕ ਮਾਰਤੀਆਂ ਕਿ ਇਹ ਹਰਾਓ ਤਾਂ ਫਾਇਦਾ ਹੈ, ਕਿ ਜਿਹੜੇ ਕੰਮ ਲਈ ਭਾਜਪਾ ਡੇਰਾ ਸਿਰਸਾ ਮੁਖੀ ਨੂੰ ਲੈ ਕੇ ਆਈ ਸੀ ਉਹ ਕੰਮ ਕਰਤਾ ਡੇਰਾ ਸਿਰਸਾ ਮੁਖੀ। ਜਾਟ ਬੈਲਟ ਦੇ ਵਿੱਚ ਕਾਂਗਰਸ ਸੋਚਦੀ ਕਿ ਸਾਡਾ ਗੜ ਹੈ, ਉੱਥੇ ਅਗਲੇ 18-20 ਸੀਟਾਂ ਲੈ ਕੇ ਭਾਜਪਾ ਹੀ, ਸੋ ਇਹਦੇ ਕੀ ਮਾਇਨੇ ਨੇ, ਕੀ ਉਹ ਖੇਲ ਹੈ। ਕਾਂਗਰਸ ਓਵਰ ਕੌਨਫੀਡੈਂਸ ਇੰਨੀ ਸੀ ਕਿ ਉਹਨੇ ਮਿਹਨਤ ਨਹੀਂ ਕੀਤੀ, ਅਤੇ BJP ਨੇ ਫੈਲਾ ਕੇ ਕਿ ਅਸੀਂ ਹਾਰ ਰਹੇ ਹਾਂ ਪਰ ਥੱਲੇ ਮਿਹਨਤ ਕਰ ਲਈ। ਸੋ ਜੋ ਮਰਜ਼ੀ ਹੋਵੇ ਜੀ, ਹਰਿਆਣੇ ਦੇ ਵਿੱਚ ਫਿਲਹਾਲ ਨਾਇਬ ਸੈਣੀ ਉਹ ਦੁਬਾਰਾ ਮੁੱਖ ਮੰਤਰੀ ਬਣ ਜਾ ਰਹੇ ਨੇ, ਇਸ਼ਾਰਾ ਹਾਈਕਮਾਂਡ ਤੋਂ ਮਿਲ ਗਿਆ। ਸੋ ਕਹਾਵਤ ਆ ਨਾ ਪੰਜਾਬੀ ਦੀ ਕਿ ਨਾਤੀ ਧੋਤੀ ਰਹਿ ਗਈ, ਨੱਕ 'ਤੇ ਮੱਖੀ ਰਹਿ ਗਈ, ਅੱਜ ਕਾਂਗਰਸੀਆਂ ਨਾਲ ਉਹ ਹੋਇਆ ਜੀ। ਹਰਿਆਣਾ ਹਰਿਆਣਾ ਜਿੱਤਣਾ ਭਾਜਪਾ ਲਈ ਜ਼ਰੂਰੀ ਸੀ, ਉਹ ਕਿਸੇ ਹੱਥਕੰਡੇ ਨਾਲ ਜਿੱਤਿਆ ਹੋਵੇ। ਚਲੋ ਇਹ ਸਭ ਦੇ ਵਿੱਚ ਆਮ ਆਦਮੀ ਪਾਰਟੀ ਅੱਜ ਬਹੁਤ ਖੁਸ਼ ਹੈ ਜੀ। ਵੈਸੇ ਤਾਂ ਹਰਿਆਣੇ 'ਚ ਤਾਂ ਲੱਭਿਆ ਨਹੀਂ ਲੱਭੇ, ਹਰਿਆਣੇ 'ਚ ਤਾਂ 0 ਤੋਂ ਵੀ ਉੱਪਰ ਨਹੀਂ ਜਾ ਸਕੇ, ਵੋਟਾਂ ਵੀ ਬਹੁਤ ਘੱਟ ਪਈਆਂ, ਜ਼ਮਾਨਤਾਂ ਜ਼ਬਤ ਹੋ ਗਈਆਂ, ਪਰ ਜੰਮੂ ਕਸ਼ਮੀਰ ਦੇ ਵਿੱਚ ਇੱਕ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤ ਗਿਆ, ਅਤੇ ਵਾਗੋ ਵਾਗ ਨੇ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਆ ਉਹੀ ਅਸਲੀ ਅਕਾਲੀ ਦਲ, ਇਹ ਉਲਟ ਹੋ ਗਿਆ। ਹੁਣ ਬਾਦਲ ਧੜਾ ਇਹਦੇ 'ਤੇ ਕਾਬਜ਼ ਰਹਿਣਾ ਚਾਹੁੰਦਾ। ਜਦੋਂ ਇਜਲਾਸ ਵਾਲੀ ਖਬਰ ਆਈ ਤਾਂ ਕਈ ਧਿਰਾਂ ਨੇ, ਕਈ ਮੀਡੀਆ ਅਦਾਰਿਆਂ ਨੇ ਇਸ ਪਾਸੇ ਨਾਲ ਵੀ ਗੱਲ ਕੀਤੀ ਕਿ ਵੀ ਅੱਗੇ ਬੀਬੀ ਚੋਣ ਨਹੀਂ ਲੜ ਸਕਦੀ, ਪਰ ਇਹ ਗਲਤ ਹੈ ਜੀ, ਬੀਬੀ ਚੋਣ ਲੜ ਸਕਦੀ ਹੈ ਪ੍ਰਧਾਨ ਜੀ। ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਨੇ, ਬੀਬੀ ਜਗੀਰ ਕੌਰ ਤਨਖਾਹੀਆ ਕਰਾਰ ਨਹੀਂ ਹੈਗੀ, ਜਾਂ ਬੀਬੀ ਜਗੀਰ ਕੌਰ ਸਣੇ ਹੋਰ ਕਿਸੇ ਮੈਂਬਰਾਂ ਦੇ ਉੱਤੇ ਅਜਿਹੀ ਕੋਈ ਰੋਕ ਨਹੀਂ ਲਾਈ ਜਥੇਦਾਰ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਤੋਂ, ਜਾਂ ਕਿ ਹਾਂ ਵੀ ਤੁਸੀਂ ਕੋਈ ਚੋਣ ਨਹੀਂ ਲੜ ਸਕਦੇ। ਪਿਛਲੀ ਵਾਰ ਤਾਂ ਚਲੋ ਹੋਰ ਉਮੀਦਵਾਰ ਖੜਾ ਕੀਤਾ, ਉਹ ਬਹੁਤ ਮਾਰਜਨ ਨਾਲ ਪਿੱਛੇ ਰਹਿ ਗਿਆ ਸੀ, ਧਾਮੀ ਹੋਰੀ ਆਰਾਮ ਨਾਲ ਜਿੱਤ ਗਏ ਸੀ, ਪਰ ਜਦੋਂ ਬੀਬੀ ਜਗੀਰ ਕੌਰ ਪਿਛਲੇ ਤੋਂ ਪਿਛਲੇ ਸਾਲ ਖੜੀ ਹੋਈ ਸੀ, ਤਦ ਪੂਰੀ ਕਸਮਕਸ ਸੀ, ਪੂਰੀ ਰੱਸਾਕੱਸੀ ਸੀ, ਪੂਰੀ ਖਿੱਚੋਤਾਣ ਸੀ, ਉਹਦੇ ਵਿੱਚ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ 100 ਤੋਂ ਵੱਧ ਵੋਟਾਂ ਲੈ ਗਏ ਸੀ, ਔਰ ਬੀਬੀ 40-42 ਦੇ ਵੋਟਾਂ ਦੇ ਗੇਟ 'ਚ ਰਹਿ ਗਈ। ਕੇਸਗੜ੍ਹ ਸਾਹਿਬ ਗਏ, ਜਾਂ ਪੱਚਮ ਕੌਰ ਸਾਹਿਬ ਗਏ, ਜਾਂ ਫਤਿਹਗੜ੍ਹ ਸਾਹਿਬ ਗਏ, ਹੈ ਨਾ, ਆਪਾਂ ਡੇਰਾ ਬਾਬਾ ਨਾਨਕ ਗਏ, ਜਾਂ ਆਪਾਂ ਕਿਸੇ ਵੀ ਇਤਿਹਾਸਿਕ ਸਥਾਨ 'ਤੇ ਜਾਂਦੇ ਹਾਂ ਗੁਰੂ ਘਰ ਦੇ ਵਿੱਚ, ਤਾਂ ਆਪਾਂ ਸ਼ਰਧਾ ਮਤਲਬ ਕਿ ਭਾਵਨਾ ਦੇ ਨਾਲ ਗੁਰੂ ਘਰ ਦੇ ਵਿੱਚ ਪਾਵਨ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਰੁਮਾਲਾ ਭੇਟਾ ਲੈ ਜਾਂਦੇ ਹਾਂ ਕਿ ਆਪਾਂ ਰੁਮਾਲਾ ਸਾਹਿਬ ਅਸੀਂ ਭੇਟ ਕਰਨਾ ਚਾਹੁੰਦੇ ਹਾਂ। ਖੁੱਲ੍ਹੇ ਬਾਜ਼ਾਰ ਦੇ ਵਿੱਚੋਂ ਜਿਹੜੇ ਰੁਮਾਲਾ ਸਾਹਿਬ ਦੇ ਰੂਪ ਦੇ ਵਿੱਚ ਚੜ੍ਹਾਉਣ ਲਈ ਮਿਲਦੇ ਨੇ, ਉਹਨਾਂ ਦੀ ਗੁਣਵੱਤਾ ਚੈੱਕ ਕਰਨ ਦੀ ਲੋੜ ਹੈ ਕਿ ਉਹ ਗੁਣਵੱਤਾ ਤੌਰ 'ਤੇ ਰੇਟ ਤਾਂ ਬਹੁਤ ਮਹਿੰਗੇ ਹੁੰਦੇ ਨੇ, ਮਤਲਬ ਆਮ ਤੌਰ 'ਤੇ
ਸੌ ਦੋ ਸੌ ਤੋਂ ਲੈ ਕੇ ਹਜ਼ਾਰਾਂ ਤੱਕ ਦੇ ਲੱਗੇ ਨੂੰ ਮਹਾਰਾਜ ਸਾਹਿਬ ਪਏ ਬਾਜ਼ਾਰ ਦੇ ਵਿੱਚ। ਸੋ ਇਹ ਇੱਕ ਜਿਹੜਾ ਕਾਰੋਬਾਰ ਬਣ ਗਿਆ ਉਸ ਹਵਾਲੇ ਨਾਲ ਐਸਜੀਪੀਸੀ ਧਰਮ ਪ੍ਰਚਾਰ ਕਮੇਟੀ ਕਹਿੰਦੀ ਕਿ ਉਹਦੀ ਗੁਣਵੱਤਾ 'ਤੇ ਤਾਂ ਕੋਈ ਧਿਆਨ ਹੀ ਨਹੀਂ। ਕਈ ਵਾਰ ਉਸ ਕੱਪੜਿਆਂ ਦੇ ਵਿੱਚ ਜਿਹੜੀ ਉਹ ਡਿਜ਼ਾਇਨਿੰਗ ਹੈ, ਚਾਹੇ ਉਹ ਗੋਟਾ ਲੱਗਿਆ, ਚਾਹੇ ਉਹ ਕਢਾਈ ਹੋਈ ਹੈ, ਚਾਹੇ ਉਹ ਕੋਈ ਪੇਂਟ ਹੋਇਆ ਉਹਨੂੰ, ਚਾਹੇ ਉਹ ਰੰਗ ਵਰਤੇ ਗਏ ਨੇ, ਉਹ ਕਿਸ ਤਰ੍ਹਾਂ ਦੇ ਕੈਮੀਕਲ ਵਾਲੇ ਨੇ, ਕਿਸ ਤਰ੍ਹਾਂ ਦਾ ਕੱਪੜਾ। ਕਿਉਂਕਿ ਜਦੋਂ ਗੁਰੂ ਸਾਹਿਬ ਨੂੰ ਉਹ ਭੇਟ ਕੀਤੇ ਜਾਂਦੇ ਨੇ, ਉਹਨਾਂ ਲਈ ਵਰਤੇ ਜਾਂਦੇ ਨੇ, ਤਾਂ ਇਹ ਆਪਣੇ ਆਪ 'ਚ ਪਹਿਲੂ ਆ ਕਿ ਅੰਗਾਂ ਦੇ ਨਾਲ ਜਦੋਂ ਪਾਵਨ ਗੁਰੂ ਸਾਹਿਬ ਦੇ ਪੰਨਿਆਂ ਦੇ ਲਈ ਉਹਨਾਂ ਦੇ ਵਿੱਚ ਰੱਖਿਆ ਜਾਂਦਾ ਤਾਂ ਉਹਦਾ ਉਸ ਪੰਨਿਆਂ 'ਤੇ ਕੋਈ ਅਸਰ, ਕਿਉਂਕਿ ਪ੍ਰਿੰਟਿੰਗ ਹੋਈ ਹੋਈ ਹੈ, ਛਪੇ ਹੋਏ ਕਾਗਜ਼ ਆਪਾਂ ਜਿਹਨਾਂ ਨੂੰ ਪਵਿੱਤਰ ਅੰਗ ਮੰਨਦੇ ਹਾਂ, ਉਸ ਲਈ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਨੁਕਸਾਨ ਨਾ ਪਹੁੰਚੇ, ਇਸ ਭਾਵਨਾ ਨਾਲ ਵੀ ਇਸ 'ਤੇ ਵਿਚਾਰ ਕੀਤਾ ਗਿਆ। ਸਾਡਾ ਖਾਸ ਪ੍ਰੋਗਰਾਮ ਜਾਣੋ ਅਸਲ ਸੱਚ ਵੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਪ੍ਰਭਸਿਮਰਨ ਸਿੰਘ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਸੀਨੀਅਰ ਪੱਤਰਕਾਰ ਦੀਪਕ ਚਨਾਰਥਲ ਜੀ ਸਾਡੇ ਨਾਲ ਮੌਜੂਦ ਰਹਿੰਦੇ ਨੇ। ਸਰ, ਸਭ ਤੋਂ ਪਹਿਲਾਂ ਸਵਾਗਤ ਕਰਾਂਗਾ ਜੀ। ਬਹੁਤ ਸ਼ੁਕਰੀਆ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਭਾਰਤ ਦੀਆਂ ਦੋ ਵੱਡੀਆਂ ਸਟੇਟ ਦੇ ਵਿਚਕਾਰ ਇਲੈਕਸ਼ਨ ਹੁੰਦੀ ਹੈ, ਉਸ ਤੋਂ ਬਾਅਦ ਅੱਜ ਰਿਜ਼ਲਟ ਆਉਂਦਾ। ਸਭ ਤੋਂ ਪਹਿਲਾਂ ਗੱਲ ਕਰਾਂਗੇ ਹਰਿਆਣੇ ਦੀ। ਹਰਿਆਣੇ ਦੇ ਵਿੱਚ ਇੱਕ ਵਾਰ ਬੀਜੇਪੀ ਨੇ ਫਿਰ ਤੋਂ ਮਾਰ ਮਾਰੀ ਹੈ ਸਰ, ਜਿਹੜਾ ਹੁਣ ਸਰਕਾਰ ਬਣਾਉਣ ਜਾ ਰਹੀ ਹੈ, ਕਿਵੇਂ ਦੇਖਦੇ ਹੋ ਸਰ ਇਸ ਨੂੰ? ਬਿਲਕੁਲ ਜੀ, ਅੱਜ ਬੀਜੇਪੀ ਹੈਰਾਨ ਸੀ ਤੇ ਕਾਂਗਰਸ ਪਰੇਸ਼ਾਨ ਸੀ। ਮਤਲਬ ਸਭ ਦੇ ਸਰਵੇ, ਸਭ ਦੇ ਐਗਜ਼ਿਟ ਪੋਲ, ਸਭ ਪਾਰਟੀਆਂ ਦੇ ਆਪੋ ਆਪਣੇ ਜੋ ਉਹਨਾਂ ਨੂੰ ਲੱਗ ਰਿਹਾ ਸੀਗੇ ਹੋਊਗਾ, ਉਹ ਬਿਲਕੁਲ ਉਹਦੇ ਉਲਟ ਹੋਇਆ। ਨਾ ਕਾਂਗਰਸ ਨੇ ਇਹ ਨਤੀਜੇ ਕਿਆਸੇ ਸੀਗੇ, ਨਾ ਭਾਜਪਾ ਨੂੰ ਇਹਨਾਂ ਨਤੀਜਿਆਂ ਦੀ ਆਸ। ਭਾਰਤੀ ਜਨਤਾ ਪਾਰਟੀ ਚੋਣ ਪ੍ਰਚਾਰ ਦੇ ਦਰਮਿਆਨ 48 ਘੰਟੇ ਪਹਿਲਾਂ ਮੈਦਾਨ ਛੱਡ ਗਈ ਸੀ। ਖੁਦ ਨਰਿੰਦਰ ਮੋਦੀ, ਅਮਿਤ ਸ਼ਾਹ ਹੋਰੀ ਮੈਦਾਨ ਚੋਂ ਲਾਂਭੇ ਹੋ ਗਏ ਸੀ ਕਿ ਇਹ ਨਹੀਂ ਗੱਲ ਬਣਨੀ, ਤੇ ਕਾਂਗਰਸ ਇਹ ਮੰਨ ਕੇ ਚੱਲ ਰਹੀ ਸੀ ਕਿ 60 ਪਲੱਸ ਸਾਡੀਆਂ ਸੀਟਾਂ ਪੱਕੀਆਂ ਨੇ। ਸੋ ਜਦੋਂ ਨਤੀਜੇ ਆਏ ਤਾਂ ਭਾਰਤੀ ਜਨਤਾ ਪਾਰਟੀ ਨੇ ਇੱਕ ਇਤਿਹਾਸ ਰਚਿਆ ਕਿ ਅਸੀਂ ਤੀਜੀ ਵਾਰ ਹਰਿਆਣੇ ਦੇ ਵਿੱਚ ਸਰਕਾਰ ਬਣਾਉਣ ਜਾ ਰਿਹਾ, ਜਿਹੜਾ ਅੱਜ ਤੱਕ ਨਹੀਂ ਹੋਇਆ। ਸੋ ਲਗਾਤਾਰ ਤੀਜੀ ਵਾਰ ਹਰਿਆਣੇ 'ਚ ਭਾਜਪਾ ਦੀ ਸਰਕਾਰ ਹੈ। ਬੇਸ਼ੱਕ ਪਿਛਲੀ ਵਾਰ ਗੱਠਜੋੜ ਵਾਲੀ ਸਰਕਾਰ ਸੀ, ਪਰ ਇਸ ਵਾਰ ਸਪਸ਼ਟ ਬਹੁਮਤ ਆਇਆ। ਜਿਹੜੀ ਭਾਜਪਾ ਜਾਂ ਭਾਜਪਾ ਦੀਆਂ ਆਪਣੀਆਂ ਰਿਪੋਰਟਾਂ ਇਹ ਕਹਿੰਦੀਆਂ ਸੀਗਾ ਕਿ ਐਕਸੀ ਦਾ 15-20 ਦੇ ਗੇੜ 'ਚ ਫਸਣਾ, ਜਿਹੜੇ ਸਰਵੇ ਇਹ ਕਹਿੰਦੇ ਸੀ, ਓਵਰਆਲ ਸਰਵਿਆਂ ਦੀ ਐਵਰੇਜ ਨਿਕਲਦੀ ਸੀ ਕਿ 26 ਤੋਂ ਉੱਪਰ ਨਹੀਂ ਜਾਂਦੀ ਭਾਜਪਾ, ਉਹ 50 ਨੂੰ ਜਾ ਟੁੱਕੀ, ਉਹ 48 'ਤੇ ਅੱਪੜ ਗਈ। ਸੋ ਜਿਹੜੀ ਕਾਂਗਰਸ ਨੂੰ ਦੱਸਿਆ ਜਾ ਰਿਹਾ ਸੀ ਕਿ ਐਵਰੇਜ 55 ਸੀਟਾਂ 'ਤੇ ਆਊਗੀ, ਉਹ 35-37 'ਤੇ ਨਿਪਟ ਗਈ ਆ ਕੇ। ਸੋ ਇਹ ਸਭ ਦੇ ਲਈ ਨਾ ਕਾਂਗਰਸ ਤਿਆਰ ਸੀ, ਨਾ ਭਾਜਪਾ ਤਿਆਰ ਸੀ। ਅਸਲ ਦੇ ਵਿੱਚ ਇਸ ਪਹਿਲੂਆਂ ਨੂੰ ਸਮਝਣ ਦੀ ਲੋੜ ਆ ਕਿ ਹਰਿਆਣਾ ਵੋਟਰਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਕੇਂਦਰ ਸਰਕਾਰ ਦੇ ਨਾਲ ਜਾਣਾ, ਕਿ ਭਾਜਪਾ ਨੇ ਇਸ ਪ੍ਰੋਪੋਗੰਡੇ ਨੂੰ ਵੱਧ ਫੈਲਾਇਆ ਕਾਂਗਰਸੀਆਂ ਨਾਲੋਂ ਕਿ ਵੀ ਅਸੀਂ ਹਾਰ ਰਹੇ ਹਾਂ, ਤੇ ਕਾਂਗਰਸ ਨੇ ਇਹ ਮੰਨਿਆ ਕਿ ਆਪਾਂ ਤਾਂ ਜਿੱਤੇ ਰਹੇ ਹਾਂ। ਕੀ ਕਾਂਗਰਸ ਨੇ ਜ਼ੋਰ ਨਹੀਂ ਲਾਇਆ? ਕੀ ਜਿਹੜਾ ਜਾਟ ਬਨਾਮ ਅਦਰਜ ਬਣਿਆ ਉਹਦੇ ਵਿੱਚ ਬਾਜੀ ਮਾਰ ਗਈ ਭਾਰਤੀ ਜਨਤਾ ਪਾਰਟੀ? ਕੀ ਐਸੀ ਭਾਈਚਾਰੇ ਦੀ ਵੋਟ ਵੰਡੀ ਗਈ? ਕੀ ਈਵੀਐਮ ਦਾ ਖੇਲ ਹੋਇਆ? ਕੀ ਕੋਈ ਪੈਸੇ ਵਾਲੀ ਖੇਲ ਹੋਈ? ਮਰਜ਼ੀ ਅੱਜ ਸਵਾਲ ਉੱਠਣ, ਚਾਹੇ ਈਵੀਐਮ 'ਤੇ ਸਵਾਲ ਉੱਠਣ, ਚਾਹੇ ਲੀਡਰਸ਼ਿਪ 'ਤੇ ਸਵਾਲ ਉੱਠਣ, ਚਾਹੇ ਉੱਥੇ ਅੰਦਰ ਕਾਊਂਟਿੰਗ ਸੈਂਟਰਾਂ ਤੱਕ ਅਜੇ ਤੱਕ ਗਿਣਤੀ ਮਿਣਤੀ ਦਾ ਹਿਸਾਬ ਨਹੀਂ ਅਜੇ ਤੱਕ ਨਤੀਜੇ ਪੂਰੇ ਡਿਕਲੇਅਰ ਹੋਏ, ਚਾਹੇ ਉਹ ਹਵਾਲਾ ਹੋਵੇ, ਹੈ ਨਾ, ਚਾਹੇ ਗੜਬੜ ਦੀ ਗੱਲ ਹੋਵੇ ਕਿ ਈਵੀਐਮ ਦੇ 99% ਕਿਵੇਂ ਨੇ ਜੀ, ਚਾਰਜਿੰਗ ਉਹਨਾਂ ਦੀਆਂ ਬੈਟਰੀਆਂ ਜਿੱਦਣ ਬੰਦ ਕੀਤੀਆਂ ਸੀ ਉਦੋਂ 60% ਸੀ। ਸੱਚਾਈ ਇਹ ਹੈ
ਕਿ ਅੱਜ ਨਤੀਜੇ ਜੋ ਆਏ ਨੇ ਉਹ 'ਚ ਭਾਜਪਾ ਜਿੱਤ ਗਈ। ਹੁਣ ਸਾਰੀਆਂ ਗੱਲਾਂ ਉਹਦੀਆਂ ਵਾਧੀਆਂ ਨੇ ਕਿ ਕਾਰਨ ਕੀ ਸੀ ਕੀ ਨਹੀਂ ਸੀ। ਹਾਂ, ਜਿੱਥੇ ਫੁੱਟ ਦੀ ਗੱਲ ਆਉਂਦੀ ਉਹ ਫੁੱਟ ਭਾਜਪਾ 'ਚ ਵੀ ਸੀ, ਉਹ ਕਲੇਸ਼ ਭਾਜਪਾ 'ਚ ਸੀ, ਪਰ ਕਾਂਗਰਸ ਦਾ ਖੁੱਲ੍ਹ ਕੇ ਸੀ। ਕਾਂਗਰਸ ਚੋਣਾਂ ਜਿੱਤਣ ਤੋਂ ਪਹਿਲਾਂ ਹੀ ਸੀਐਮ ਦੇ ਲਈ ਲੜ ਰਹੀ ਸੀ, ਔਰ ਅੱਜ ਨਤੀਜੇ ਅਜੇ ਆਉਣੇ ਸ਼ੁਰੂ ਹੋਏ ਸੀ ਕਿ ਭੁਪਿੰਦਰ ਸਿੰਘ ਹੁੱਡਾ ਨੇ ਤਾਂ ਤਿਆਰੀ ਕਰ ਲਈ ਸੀ, ਦਿੱਲੀ ਨੂੰ ਰਵਾਨਾ ਹੋ ਗਏ ਸੀ, ਢੋਲ ਵੱਜ ਗਏ ਸੀ ਕਾਂਗਰਸ ਦੇ ਘਰੇ, ਤੇ 60 ਤੱਕ ਇੱਕ ਵਾਰ ਸੂਚੀ ਚਲੀ ਗਈ ਸੀ। ਅਜੇ ਬਹੁਤ ਮੁੱਢਲੇ ਰੁਝਾਨ ਸੀ, ਬੜੇ ਹਲਕੇ ਰੁਝਾਨ, ਮਤਲਬ ਉਹ 60 ਤੱਕ ਜਾਣ ਤੋਂ ਬਾਅਦ ਇਹਨਾਂ ਨੂੰ ਹੋ ਗਿਆ ਕਿ ਸਾਡੀ ਤਾਂ ਸਰਕਾਰ ਬਣ ਗਈ। ਮੈਨੂੰ ਯਾਦ ਆਉਂਦਾ ਹੈ ਪੰਜਾਬ ਦਾ 2012 ਦੇ ਚੋਣ ਨਤੀਜੇ, 2012 ਦੇ ਵਿੱਚ ਜਦੋਂ ਪੰਜਾਬ 'ਚ ਚੋਣਾਂ ਹੋਈਆਂ ਨਾ, ਤਾਂ PPP ਮੈਦਾਨ 'ਚ ਸੀ, ਅਤੇ ਉਹਨਾਂ ਚੋਣਾਂ ਸਮੇਂ ਕਾਂਗਰਸ ਨੇ ਤੈਅ ਕਰ ਲਿਆ ਕਿ PPP ਨੇ ਅਕਾਲੀਆਂ ਦਾ ਨੁਕਸਾਨ ਕਰਨਾ ਅਤੇ ਸਾਡੀ ਜਿੱਤ ਪੱਕੀ ਹੈ। ਅਤੇ ਕੈਪਟਨ ਅਮਰਿੰਦਰ ਸਿੰਘ ਰਾਜਭਵਨ ਪਹੁੰਚ ਕੇ 2 ਦਿਨ ਪਹਿਲਾਂ, ਅਤੇ ਰਾਜਭਵਨ ਜਾ ਕੇ ਰਾਜਪਾਲ ਨੂੰ ਕਹਿੰਦੇ ਜੀ ਐਕੀ ਸਟੇਜ ਇੱਧਰ ਲਾਉਣੀ ਹੈ, ਮੇਰੀ ਕੁਰਸੀ ਇੱਥੇ ਡਾਉਣੀ ਹੈ, ਮੰਤਰੀ ਇੱਥੇ ਬੈਠਣਗੇ, ਟੈਂਟ ਇੱਦਾਂ ਲੱਗੂਗਾ, ਰੋਟੀ ਇੱਥੇ ਲੱਗੂਗੀ, ਸਾਰਾ ਕੁਝ ਤੈਅ ਕਰਿਆ। ਉਹ ਤੋਂ ਬਾਅਦ ਪਟਿਆਲੇ ਜਾ ਕੇ ਹਲਵਾਈ ਲਾ ਲਏ, ਦੇਗ ਚੜਾ ਲਈ, ਹੈ ਨਾ, ਦਾਲਾਂ ਬਣ ਗਈਆਂ, ਪਨੀਰ ਬਣ ਗਿਆ, ਮਟਨ ਬਣ ਗਿਆ, ਜੇ ਬਣ ਗਿਆ, ਬੋਹ ਬਣ ਗਿਆ, ਘਰੇ ਰੋਟੀ ਬਣ ਗਈ ਹਜ਼ਾਰਾਂ ਬੰਦਿਆਂ ਦੀ। ਤੇ ਸਵੇਰ ਨੂੰ ਜਦੋਂ ਨਤੀਜੇ ਆਏ ਤਾਂ ਅਕਾਲੀ ਦੁਬਾਰਾ ਆ ਗਏ, ਤੇ ਅਕਾਲੀ ਹੈਰਾਨ ਹੋ ਗਏ, ਕਿਹਾ ਕੀ ਹੈ। ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਤਾਂ ਚੰਡੀਗੜ੍ਹ ਛੱਡ ਕੇ ਪਿੰਡ ਨੂੰ ਚਲੇ ਗਏ ਸੀਗੇ ਕਿ ਆਪਣੀ ਤਾਂ ਵਾਰੀ ਹੋ ਨਹੀਂ ਆਉਣੀ। ਸੋ ਉਹ ਕੁਛ ਇਸ ਵਾਰ ਹੁੱਡਾ ਨਾਲ ਹੋਇਆ। ਭੁਪਿੰਦਰ ਸਿੰਘ ਹੁੱਡਾ ਮਤਲਬ ਮੰਨ ਕੇ ਚੱਲ ਰਹੇ ਸੀ ਕਿ ਮੈਂ ਤਾਂ ਜਿੱਤਿਆ, ਮੈਂ CM ਪੱਕਾ, ਮੈਂ ਨਹੀਂ ਤਾਂ ਮੇਰਾ ਮੁੰਡਾ ਬਣੂਗਾ, ਸ਼ੈਲਜਾ ਤੇ ਸੁਰਜੇਵਾਲਾ ਨਹੀਂ ਬਣ ਦੇਣੇ ਜੀ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 2012 ਦੀ ਚੋਣ ਲੜੀ, ਉਸ ਸਮੇਂ ਮੀਡੀਆ ਸਰਵੇ ਰਿਪੋਰਟਾਂ ਸਾਰੀਆਂ ਕਹਿੰਦੀਆਂ ਸੀ ਕਿ ਕਾਂਗਰਸ ਆਜੂਗੀ, ਤੇ ਮੰਨਿਆ ਜਾਂਦਾ ਕਿ ਕੈਪਟਨ ਅਮਰਿੰਦਰ ਨੇ ਉਸ ਸਮੇਂ ਤੈਅ ਕੀਤਾ ਕਿ ਆਪਾਂ ਨੂੰ ਬਹੁਮਤ ਤੋਂ ਵੱਧ ਸੀਟਾਂ ਨਹੀਂ ਚਾਹੀਦੀਆਂ, ਇਸ ਲਈ ਭੱਠਲ ਧੜੇ ਵਾਲੀਆਂ ਆਹ ਹਰਾ ਲਓ, ਹੈ ਨਾ, ਆਹ ਦੂਏ ਧੜੇ ਵਾਲੀਆਂ ਇਹਨਾਂ ਦੀਆਂ ਆਹ ਹਰਾ ਦਿਓ। ਕਹਿੰਦੇ ਕਿ ਕਾਂਗਰਸ ਦੇ ਅੰਦਰ ਹੀ ਕੁਝ ਸੀਟਾਂ ਕੈਪਟਨ ਅਮਰਿੰਦਰ ਗਰੁੱਪ ਨੇ ਟਿੱਕ ਮਾਰਤੀਆਂ ਕਿ ਹਰਾਓ ਤਾਂ ਫਾਇਦਾ। ਕਿਤੇ ਉਹੀ ਕੁਛ ਹਰਿਆਣਾ 'ਚ ਤਾਂ ਨਹੀਂ ਹੋਇਆ ਕਿ ਕੁਮਾਰੀ ਸ਼ੈਲਜਾ ਵਾਲੀ ਆਹ ਜਿਹੜੀਆਂ 8-10 ਹੈਗੀਆਂ ਹਰਾ ਲਓ, 2-4 ਰਣਦੀਪ ਸੁਰਜੇਵਾਲਾ ਜਿਹੜੇ ਹਰਾ ਲਓ। ਇਹ ਤੋਂ ਵੀ ਵੱਡਾ ਪਹਿਲੂ ਕਿ ਜਿਹੜੇ ਕੰਮ ਲਈ ਭਾਜਪਾ ਡੇਰਾ ਸਿਰਸਾ ਮੁਖੀ ਨੂੰ ਲੈ ਕੇ ਆਈ ਸੀ, ਉਹ ਕੰਮ ਕਰਤਾ ਡੇਰਾ ਸਿਰਸਾ ਮੁਖੀ ਨੇ? ਕੀ ਗੁਰਮੀਤ ਸਿੰਘ ਰਾਮ ਰਹੀਮ ਨੂੰ 2 ਵਾਰ ਪੈਰੋਲ ਲੈਣ ਦਾ ਫਲ ਮਿਲ ਗਿਆ? ਬੇਸ਼ੱਕ ਮੰਨਿਆ ਜਾ ਰਿਹਾ ਕਿ ਉਹ 26-27 ਚੋਂ 7-8 ਸੀਟਾਂ ਹੀ ਭਾਜਪਾ ਦੇ ਕੋਟੇ 'ਚ ਆਈਆਂ, ਪਰ ਜਿਹੜੀ ਜਾਟ ਬੈਲਟ ਦੇ ਵਿੱਚ ਕਾਂਗਰਸ ਸੋਚਦੀ ਕਿ ਸਾਡਾ ਗੜ ਹੈ, ਉੱਥੇ ਅਗਲੇ 18-20 ਸੀਟਾਂ ਲੈ ਕੇ ਮਤਲਬ ਭਾਜਪਾ ਹੀ। ਸੋ ਇਹਦੇ ਕੀ ਮਾਇਨੇ ਨੇ? ਕੀ ਉਹ ਖੇਲ ਹੈ, ਜਾਟ ਵੋਟ ਵੰਡੀ ਗਈ ਹੈ, ਜਾਂ ਮਤਲਬ ਕਿ ਕਾਂਗਰਸ ਓਵਰ ਕੌਨਫੀਡੈਂਸ ਇੰਨੀ ਸੀ ਕਿ ਉਹਨੇ ਮਿਹਨਤ ਹੀ ਨਹੀਂ ਕੀਤੀ, ਅਤੇ BJP ਨੇ ਫੈਲਾ ਕੇ ਕਿ ਅਸੀਂ ਹਾਰ ਰਹੇ ਹਾਂ ਪਰ ਥੱਲੇ ਮਿਹਨਤ ਕਰ ਲਈ? ਸੋ ਜੋ ਮਰਜ਼ੀ ਹੋਵੇ ਜੀ, ਹਰਿਆਣੇ ਦੇ ਵਿੱਚ ਫਿਲਹਾਲ ਨਾਇਬ ਸੈਣੀ ਉਹ ਦੁਬਾਰਾ ਮੁੱਖ ਮੰਤਰੀ ਬਣ ਜਾ ਰਹੇ ਨੇ, ਇਸ਼ਾਰਾ ਹਾਈਕਮਾਂਡ ਤੋਂ ਮਿਲ ਗਿਆ, ਅਤੇ ਭੁਪਿੰਦਰ ਸਿੰਘ ਹੁੱਡਾ ਹੋਰੀ ਅਤੇ ਰਾਹੁਲ ਗਾਂਧੀ ਦੀ ਟੀਮ ਹੁਣ ਮਤਲਬ ਸੋਚ ਰਹੀ ਹੈ ਕਿ ਕੀ ਹੋ ਗਿਆ। ਸੋ ਕਹਾਵਤ ਆ ਨਾ ਪੰਜਾਬੀ ਦੀ ਕਿ ਨਾਤੀ ਧੋਤੀ ਰਹਿ ਗਈ, ਨੱਕ ਤੇ ਮੱਖੀ ਰਹਿ ਗਈ, ਅੱਜ ਕਾਂਗਰਸੀਆਂ ਨਾਲ ਉਹ ਹੋਇਆ ਜੀ ਹਰਿਆਣੇ। ਦੂਜੇ ਪਾਸੇ ਗੱਲ ਕਰਦੇ ਹਾਂ ਸਰ ਹੁਣ ਜੰਮੂ ਦੀ। ਜੰਮੂ ਕਸ਼ਮੀਰ ਜਿਹੜਾ ਹੈਗਾ ਸ਼ੁਰੂ ਤੋਂ ਹੀ ਕੌਂਟਰਵਰਸੀਆਂ ਦੇ ਵਿੱਚ ਰਿਹਾ, ਕਈ ਅਧਿਕਾਰ ਜਿਹੜੇ ਸੀਗੇ ਉੱਥੇ ਨਹੀਂ ਮਿਲਦੇ ਸੀਗੇ, ਪਰ ਜਦੋਂ ਧਾਰਾ 370 ਹਟਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਲੋਕ ਵੀ ਉੱਥੇ ਦੇ ਕਹਿੰਦੇ ਨੇ ਕਿ ਸਾਨੂੰ ਕੁਝ ਹੱਦ ਤੱਕ ਰਿਲੈਕਸੇਸ਼ਨ ਜਿਹੜੀ ਹੈ ਉਹ ਮਿਲੀ ਹੈ। ਅਤੇ ਕਿਵੇਂ ਵੇਖਦੇ ਹੋ ਹੁਣ ਉੱਥੇ ਦਾ ਜਿਹੜੀ ਹੈ ਚੋਣ ਪ੍ਰਕਿਰਿਆ ਤੋਂ ਬਾਅਦ ਜਿਹੋ ਜਿਹਾ ਨਤੀਜੇ ਬਾਹਰ ਨਿਕਲ ਕੇ ਆਏ ਨੇ? ਦੇਖੋ, ਜੰਮੂ ਕਸ਼ਮੀਰ ਨੂੰ ਲੈ ਕੇ
ਧਾਰਾ 370 ਹਟਾਉਣ ਦੇ ਬਾਅਦ ਹੈ ਨਾ ਇੱਕ ਵੱਖਰੇ ਪਹਿਲੂ ਤੇ ਗਏ ਜੀ, ਹੁਣ ਉੱਥੇ ਅੱਤਵਾਦ ਨਹੀਂ ਹੋਏਗਾ, ਹੁਣ ਉੱਥੇ ਹਿੰਸਾ ਨਹੀਂ ਹੋਏਗੀ, ਹੁਣ ਉੱਥੇ ਹਮਲੇ ਨਹੀਂ ਹੋਣਗੇ, ਹੁਣ ਉੱਥੋਂ ਜੀ ਸਾਰਾ ਕੁਛ ਉਵੇਂ ਹੋਇਆ, ਨਹੀਂ ਰੁਕਿਆ। ਪਰ ਦੂਸਰੇ ਪਾਸੇ ਜਿਹੜਾ ਪਹਿਲੂ ਹੈਗਾ ਕਿਸੇ ਸੂਬੇ ਦਾ ਹੱਕ ਖੋਣਾ, ਭਾਜਪਾ ਨੇ ਉਸ ਸੂਬੇ ਤੋਂ ਸੂਬੇ ਦਾ ਹੱਕ ਖੋ ਲਿਆ ਸੀ, ਉਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਾਲੇ ਪਾਸੇ ਨੂੰ ਲੈ ਗਏ, ਹੈ ਨਾ ਉਹ ਸਾਰੀ ਪ੍ਰਕਿਰਿਆ। ਚਲੋ ਹੁਣ ਚੋਣਾਂ ਹੋਈਆਂ, ਚੋਣਾਂ ਦੇ ਹਵਾਲੇ ਨਾਲ ਵੀ ਹੁਣ ਕੀ ਉਹ ਸੰਪੂਰਨ ਸੂਬੇ ਦਾ ਦਰਜਾ ਮਿਲੂਗਾ ਉਹਨੂੰ? ਹੁਣ ਉਹ ਦਿੱਲੀ ਵਾਲੀ ਹਾਲਤ ਬਣਾ ਕੇ ਰੱਖਤੀ ਤੁਸੀਂ ਉਹਨੂੰ, ਅਰਧ ਸੂਬਾ ਬਣਾਤਾ। ਸੋ ਉਸ ਸਥਿਤੀ ਦੇ ਵਿੱਚ ਉੱਥੇ ਭਾਜਪਾ ਜੰਮੂ 'ਚ ਤਾਂ ਚੰਗੀ ਮਾਰ ਕਰ ਗਈ, ਭਾਜਪਾ ਦੀਆਂ ਸੀਟਾਂ ਵਧੀਆਂ ਨੇ ਪਿਛਲੀ ਵਾਰ ਨਾਲੋਂ, ਹਾਂਜੀ ਸਰਕਾਰ ਚਾਹੇ ਨਹੀਂ ਬਣੀ। ਕਾਂਗਰਸ ਬੇਸ਼ੱਕ ਸਰਕਾਰ ਵਾਲੇ ਪਾਲੇ 'ਚ ਆ ਗਈ ਕਿਉਂਕਿ ਉਹਦਾ ਨੈਸ਼ਨਲ ਕਾਨਫਰੰਸ ਨਾਲ ਸਮਝੌਤਾ ਸੀ, ਪਰ ਕਾਂਗਰਸ ਦੀਆਂ ਸੀਟਾਂ ਉੱਥੇ ਘਟੀਆਂ ਨੇ, ਹੈ ਨਾ, ਪਰ ਨੈਸ਼ਨਲ ਕਾਨਫਰੰਸ ਦੀਆਂ ਸੀਟਾਂ 23-24 ਵੱਧ ਗਈਆਂ ਅਤੇ ਉਹਦੇ ਨਾਲ ਉਹਨਾਂ ਦੀ ਸਰਕਾਰ ਵਾਲੀ ਸਥਿਤੀ 'ਚ ਆ ਗਏ। ਸੋ ਕਾਂਗਰਸ ਨਾਲ ਮਿਲ ਕੇ ਉਹ ਬਹੁਮਤ ਦਾ ਅੰਕੜਾ ਪਾਰ ਕਰਦੇ ਨੇ, PDP ਧੋਤੀ ਗਈ, ਉਹਦੀ ਉਹਨੂੰ ਨੁਕਸਾਨ ਹੋਇਆ। ਸੋ ਇਸ ਸਥਿਤੀ ਦੇ ਵਿੱਚ ਜੰਮੂ ਕਸ਼ਮੀਰ ਦੇ ਚੋਣ ਨਤੀਜਿਆਂ ਬਾਰੇ ਪਹਿਲਾਂ ਹੀ ਸਪਸ਼ਟ ਸੀ ਕਿ BJP ਜੰਮੂ ਤੱਕ ਤਾਂ ਕੰਮ ਕਰ ਸਕਦੀ ਹੈ, ਪਰ ਘਾਟੀ 'ਚ, ਕਸ਼ਮੀਰ ਘਾਟੀ 'ਚ ਉਹਦੀ ਕੋਈ ਪਹੁੰਚ ਅਪਰੋਚ ਨਹੀਂ ਅਜੇ ਹੈਗੀ। ਸੋ ਇਸ ਲਈ ਉੱਥੇ ਕੋਈ ਖੇਲਾ ਵੀ ਨਹੀਂ ਦਿਖਿਆ ਜੇ ਜਾਂ ਹਰਿਆਣਾ 'ਚ ਹੋ ਗਿਆ, ਕਿਉਂਕਿ ਹਰਿਆਣੇ ਦਾ ਮਸਲਾ ਇਹ ਵੀ ਹੈਗਾ ਕਿ ਇਕੱਲੀ ਹਰਿਆਣੇ ਦੇ ਚੋਣ ਨਤੀਜੇ ਨਹੀਂ ਹੈਗੇ, ਇਹ ਚੋਣ ਨਤੀਜਿਆਂ ਦਾ ਅਸਰ ਮਹਾਰਾਸ਼ਟਰ, ਝਾਰਖੰਡ ਤੱਕ ਵੀ ਜਾਣਾ, ਇਹਨਾਂ ਚੋਣ ਨਤੀਜਿਆਂ ਦਾ ਅਸਰ ਆਉਣ ਵਾਲੇ ਸਮੇਂ 'ਚ ਦਿੱਲੀ ਵਿਧਾਨ ਸਭਾ ਚੋਣਾਂ 'ਤੇ ਵੀ ਪੈਣਾ। ਸੋ ਇਸ ਲਈ ਹਰਿਆਣਾ ਜਿੱਤਣਾ ਭਾਜਪਾ ਲਈ ਜ਼ਰੂਰੀ ਸੀ, ਉਹ ਕਿਸੇ ਹੱਥਕੰਡੇ ਨਾਲ ਜਿੱਤਿਆ ਹੋਵੇ। ਚਲੋ ਇਹ ਸਭ ਦੇ ਵਿੱਚ ਆਮ ਆਦਮੀ ਪਾਰਟੀ ਅੱਜ ਬਹੁਤ ਖੁਸ਼ ਹੈ ਜੀ। ਜੀ ਵੈਸੇ ਤਾਂ ਹਰਿਆਣੇ 'ਚ ਤਾਂ ਲੱਭਿਆ ਨਹੀਂ ਲੱਭੇ, ਹਰਿਆਣੇ 'ਚ ਤਾਂ 0 ਤੋਂ ਵੀ ਉੱਪਰ ਨਹੀਂ ਜਾ ਸਕੇ, ਵੋਟਾਂ ਵੀ ਬਹੁਤ ਘੱਟ ਪਈਆਂ, ਜ਼ਮਾਨਤਾਂ ਜ਼ਬਤ ਹੋ ਗਈਆਂ, ਪਰ ਜੰਮੂ ਕਸ਼ਮੀਰ ਦੇ ਵਿੱਚ ਇੱਕ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤ ਗਿਆ ਅਤੇ ਵਾਗੋ ਵਾਗ ਨੇ ਡੋਡਾ ਵਿਧਾਨ ਸਭਾ ਹਲਕੇ ਤੋਂ ਜੰਮੂ ਕਸ਼ਮੀਰ ਦੇ ਤੋਂ, ਹੈ ਨਾ, ਮਹਿਰਾਜ ਮਲਿਕ ਹੋਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਨੇ। ਸੋ ਆਮ ਆਦਮੀ ਪਾਰਟੀ ਲਈ ਖੁਸ਼ੀ ਦੀ ਗੱਲ ਹੈ ਕਿ ਜੰਮੂ 'ਚ ਜਿੱਤ ਗਏ, ਇੱਕ ਸੀਟ ਜਿੱਤੇ ਜਾਏ ਜੰਮੂ ਕਸ਼ਮੀਰ 'ਚ, ਪਰ ਉਹਨਾਂ ਨੂੰ ਸੋਚਣ ਦੀ ਲੋੜ ਹੈ ਕਿ ਇੱਕ ਪਾਸੇ ਦਿੱਲੀ, ਇੱਕ ਪਾਸੇ ਪੰਜਾਬ ਅਤੇ ਵਿਚਾਲੇ ਹਰਿਆਣਾ, ਉੱਥੇ ਤੁਸੀਂ ਕਿਉਂ ਨਹੀਂ ਲੱਭੇ ਕਿਤੇ? ਔਰ ਕੇਜਰੀਵਾਲ ਜੀ ਦਾ ਗ੍ਰਹਿ ਸੂਬਾ ਹੋਵੇ, ਪੂਰੇ ਰੋਡ 'ਚੋਂ ਪੂਰਾ ਜ਼ੋਰ ਲਾਇਆ ਹੋਵੇ। ਹਾਂ, ਪੰਜਾਬ ਦੇ ਮੁੱਖ ਮੰਤਰੀ ਨਹੀਂ ਗਏ, ਵੱਖਰਾ ਸਵਾਲ ਹੈ, ਪਰ ਆਮ ਆਦਮੀ ਪਾਰਟੀ ਦੀ ਉੱਥੇ ਨਹੀਂ ਸਥਿਤੀ ਬਣੀ। ਹਾਂ, BJP ਜੰਮੂ ਕਸ਼ਮੀਰ ਦੀ ਸਰਕਾਰ ਨਹੀਂ ਬਣਾ ਸਕੀ, ਪਰ ਹਰਿਆਣੇ ਦੀ ਸਰਕਾਰ ਬਣਾ ਕੇ ਵੀ ਉਹ ਫਿਲਹਾਲ ਸਵਾਲਾਂ ਦੇ ਘੇਰੇ 'ਚ ਹੈ। ਹੁਣ ਇਸ ਦੇ ਉੱਤੇ ਵਿਰੋਧੀ ਧਿਰਾਂ ਕਿਵੇਂ ਰਿਐਕਟ ਕਰਨਗੀਆਂ, ਕਿਸ ਸਥਿਤੀ 'ਚ ਆਉਣਗੇ, ਦੇਖਣ ਵਾਲੀ ਗੱਲ ਹੈ। ਕਈ ਵੱਡੇ ਦਿੱਗਜ ਹਾਰ ਵੀ ਗਏ, ਸੈਣੀ ਦੇ ਮੰਤਰੀ ਧੋਤੇ ਗਏ, ਹੈ ਨਾ, ਇਹਨਾਂ ਦਾ ਸਪੀਕਰ ਧੋਤਾ ਗਿਆ, ਹੈ ਨਾ, ਅਤੇ ਪਰ ਬਨੇਸ਼ ਫੋਗਾਟ ਨੇ MLA ਵਾਲਾ ਤਾਂ ਮੈਡਲ ਜਿੱਤੇ ਲਿਆ ਜੇ, ਹੈ ਨਾ, ਓਲੰਪਿਕ ਵਾਲਾ ਨਾਂ ਸੀ। ਸੋ ਇਸ ਲਈ ਉਹਦੀ ਰਾਜਨੀਤੀ 'ਚ ਐਂਟਰੀ ਹੋ ਗਈ ਆ। ਸੋ ਵੱਡੇ ਮਾਰਜਨ ਨਾਲ ਮਤਲਬ ਭੁਪਿੰਦਰ ਹੁੱਡਾ ਵੀ ਜਿੱਤੇ ਨੇ, ਸੈਣੀ ਖੁਦ ਵੀ ਜਿੱਤ ਗਏ ਨੇ, ਸੋ ਅਨਿਲ ਵਿਜੋਹਰੀ ਵੀ, ਚਲੋ, ਹੈ ਨਾ, ਇਹ ਸਾਰੀ ਪ੍ਰਕਿਰਿਆ ਦੇ ਬਾਵਜੂਦ ਵੀ ਕਈ BIP ਧੋਤੇ ਵੀ ਗਏ। ਭਜਨ ਲਾਲ ਦੇ ਪਰਿਵਾਰ 'ਚੋਂ ਜੇ ਇੱਕ ਮੁੰਡਾ ਜਿੱਤਦਾ ਤਾਂ ਦੂਆ ਭਤੀਜਾ ਪੋਤਾ ਹਾਰ ਵੀ ਜਾਂਦਾ। ਸੋ ਇਹ ਵੀ ਸਥਿਤੀ ਹੈਗੀ ਆ। ਚੁਟਾਲਿਆਂ ਦਾ ਟੱਬਰ ਨੂੰ ਕਾਫੀ ਝਟਕੇ ਲੱਗ ਗਏ ਅੱਜ ਤਾਂ, ਚਾਹੇ ਜਜਪਾ ਵਾਲੇ ਪਾਸਿਓਂ ਚਾਹੇ NLO ਵਾਲੇ ਪਾਸਿਓਂ। ਸੋ ਇਹ ਸਾਰੀ ਸਥਿਤੀ ਦੇ ਵਿੱਚ ਆਉਣ ਵਾਲਾ ਸਮਾਂ ਇਹਨਾਂ ਨਤੀਜਿਆਂ ਦੇ ਹਵਾਲੇ ਨਾਲ ਤੈਅ ਕਰੇਗਾ ਮਹਾਰਾਸ਼ਟਰ ਦੇ ਦਿੱਲੀ ਚੋਣਾਂ ਦਾ ਰੁੱਖ, ਕਿ ਉੱਥੇ BJP ਹੁਣ ਕਿਵੇਂ ਰਿਐਕਟ ਕਰਦੀ ਆ। ਪਰ ਇੱਕ ਵਾਰ ਫਿਰ EVM ਨੂੰ ਲੈ ਕੇ ਚਰਚਾ ਦੁਬਾਰਾ ਛਿੜ ਗਈ ਆ। ਹੁਣ ਗੱਲ ਕਰਦੇ ਹਾਂ SGPC ਦੀ। SGPC ਦਾ ਇੱਕ ਇਜਲਾਂਸ ਜਿਹੜਾ ਹੋਣ ਜਾ ਰਿਹਾ ਹੈ ਸਰ, ਉਸ ਨੂੰ ਕਿਵੇਂ ਵੇਖਦੇ ਹੋ? ਦੇਖੋ, ਹਰ ਸਾਲ ਆਮ ਇਜਲਾਸ ਹੁੰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਭ ਤੋਂ ਵੱਡੀ ਸੰਸਥਾਵਾਂ ਦੇ ਵਿੱਚੋਂ, ਧਾਰਮਿਕ ਸੰਸਥਾਵਾਂ ਦੇ ਵਿੱਚੋਂ ਇੱਕ ਹੈ।
ਗੁਰੂ ਘਰਾਂ ਦੀ ਸੇਵਾ ਸੰਭਾਲ ਦੇ ਨਾਲ ਨਾਲ ਵਿਦਿਅਕ ਅਦਾਰਿਆਂ ਦੇ ਵਿੱਚ ਉਹਦਾ ਵੱਡਾ ਯੋਗਦਾਨ ਹੈ, ਹੈ ਨਾ। ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਉਹਦੀ ਭੂਮਿਕਾ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ। ਜਾਂ ਜਿੱਥੇ ਵੀ ਕੋਈ ਔਖੀ ਘੜੀ ਆਉਂਦੀ ਹੈ ਉੱਥੇ ਜਿਸ ਤਰ੍ਹਾਂ ਮਤਲਬ ਬਾਕੀ ਸੰਸਥਾਵਾਂ ਪਹੁੰਚਦੀਆਂ, ਉਹਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਵੀ ਮੁੱਢਲੀ ਕਤਾਰ 'ਚ ਖੜੀ ਨਜ਼ਰ ਆਉਂਦੀ ਹੈ। ਸੋ ਪਰ ਕਿਸੇ ਸਮੇਂ ਸ਼੍ਰੋਮਣੀ ਕਮੇਟੀ ਦਾ ਮਤਲਬ ਹੁੰਦਾ ਸੀ ਅਕਾਲੀ ਦਲ ਨੂੰ ਚਲਾਉਣ ਵਾਲੀ ਧਿਰ, ਪਰ ਅੱਜ ਦੀ ਤਰੀਕ 'ਚ ਮਤਲਬ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਆ ਉਹੀ ਅਸਲੀ ਅਕਾਲੀ ਦਲ, ਇਹ ਉਲਟ ਹੋ ਗਿਆ ਹੁਣ। ਹੁਣ ਬਾਦਲ ਧੜਾ ਇਹਦੇ 'ਤੇ ਕਾਬਜ ਰਹਿਣਾ ਚਾਹੁੰਦਾ, ਅਤੇ ਇਸ ਲਈ ਆਮ ਇਜਲਾਸ ਦੀ ਮਹੱਤਤਾ ਇਸ ਪੱਖੋਂ ਵੱਧ ਜਾਂਦੀ ਹੈ ਕਿ ਹਰ ਸਾਲ, ਵੈਸੇ ਤਾਂ ਅਜੇ ਆਮ ਚੋਣਾਂ ਬਹੁਤ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ, ਨਵੇਂ ਸਿਰੇ ਤੋਂ ਮੈਂਬਰ ਚੁਣ ਹੋਣੇ ਆ, ਉਹ ਚੋਣਾਂ ਪਤਾ ਨਹੀਂ ਕਦੋਂ ਤੱਕ ਹੋਣੀਆਂ, ਉਮੀਦ ਕੀਤੀ ਜਾਂਦੀ ਹਰ ਵਾਰ ਕਿ ਹੁਣ ਹੋ ਜਾਣਗੀਆਂ, ਹੁਣ ਹੋ ਜਾਣਗੀਆਂ। ਪਰ ਆਮ ਇਜਲਾਸ ਦੇ ਵਿੱਚ ਜਿਹੜੇ ਪੁਰਾਣੇ ਮੈਂਬਰ ਚੱਲੇ ਆਉਂਦੇ ਨੇ, ਉਹਨਾਂ ਨੇ ਹਰ ਸਾਲ ਆਪਣੀ ਨਵੀਂ ਕਾਰਜਕਾਰਨੀ ਚੁਣਨੀ ਹੁੰਦੀ ਹੈ, ਜਿਸ 'ਚ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ, ਵਾਈਸ ਪ੍ਰਧਾਨ ਅਤੇ ਜਨਰਲ ਸਕੱਤਰ, ਚਾਰ ਅਹੁਦੇਦਾਰ ਚੁਣਨੇ ਹੁੰਦੇ ਨੇ ਅਤੇ 11 ਮੈਂਬਰ ਚੁਣਨੇ ਹੁੰਦੇ ਨੇ। ਸੋ ਹੁਣ ਇਹਦੇ ਲਈ 28 ਅਕਤੂਬਰ ਨੂੰ ਇਜਲਾਸ ਬੁਲਾਇਆ ਗਿਆ। ਵੈਸੇ ਆਮ ਤੌਰ 'ਤੇ ਇਜਲਾਸ ਅੱਗੇ ਨਵੰਬਰ ਜਾਂ ਦਸੰਬਰ 'ਚ ਹੁੰਦਾ ਰਿਹਾ, ਇਸ ਵਾਰ ਅਕਤੂਬਰ 'ਚ ਬੁਲਾਉਣ ਪਿੱਛੇ ਕੀ ਮਨਸ਼ਾ? ਕੀ ਇਸ ਲਈ ਕਿ ਜਥੇਦਾਰ ਸਾਹਿਬ ਨੇ ਫੈਸਲਾ ਲੈਣਾ ਅਗਲੇ ਮਹੀਨਿਆਂ 'ਚ? ਕੀ ਇਸ ਲਈ ਕਿ ਬੀਬੀ ਜਗੀਰ ਕੌਰ ਹੋਰੀ ਵੀ ਤਲਬ ਨੇ, ਨਿਬੇੜ ਲਓ ਫਟਾਫਟ? ਪਰ ਜਦੋਂ ਇਜਲਾਸ ਵਾਲੀ ਖਬਰ ਆਈ ਤਾਂ ਕਈ ਧਿਰਾਂ ਨੇ, ਕਈ ਮੀਡੀਆ ਅਦਾਰਿਆਂ ਨੇ ਇਸ ਬਾਰੇ ਨਾਲ ਵੀ ਗੱਲ ਕੀਤੀ ਕਿ ਵੀ ਅੱਜ ਦੀ ਬੀਬੀ ਚੋਣ ਨਹੀਂ ਲੜ ਸਕੂਗੀ। ਪਰ ਇਹ ਗਲਤ ਹੈ ਜੀ, ਬੀਬੀ ਚੋਣ ਲੜ ਸਕਦੀ ਹੈ ਪ੍ਰਧਾਨਗੀ, ਕਿਉਂਕਿ ਬੀਬੀ ਨੂੰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਉਹ ਬੀਬੀ ਨੇ ਸਪਸ਼ਟੀਕਰਨ ਸਾਬਕਾ ਮੰਤਰੀਆਂ ਦੇ ਰੂਪ 'ਚ ਵੀ ਦਿੱਤਾ ਅਤੇ 24 ਸਾਲਾ ਉਹਦੀ ਧੀ ਵਾਲੇ ਮਾਮਲੇ ਦੇ ਵਿੱਚ ਵੀ ਤੋਂ ਸਪਸ਼ਟੀਕਰਨ ਮੰਗਿਆ ਗਿਆ, ਉਹਨੇ ਉਹ ਵੀ ਦਿੱਤਾ। ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਨਹੀਂ, ਬੀਬੀ ਜਗੀਰ ਕੌਰ ਤਨਖਾਹੀਆ ਕਰਾਰ ਨਹੀਂ ਹੈਗੀ, ਜਾਂ ਬੀਬੀ ਜਗੀਰ ਕੌਰ ਸਣੇ ਹੋਰ ਕਿਸੇ ਮੈਂਬਰਾਂ ਦੇ ਉੱਤੇ ਅਜਿਹੀ ਕੋਈ ਰੋਕ ਨਹੀਂ ਲਾਈ ਜਥੇਦਾਰ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਤੋਂ, ਜਾਂ ਕਿ ਹਾਂ ਵੀ ਤੁਸੀਂ ਕੋਈ ਚੋਣ ਨਹੀਂ ਲੜ ਸਕਦੇ। ਸੋ ਇਸ ਲਈ ਚੋਣ ਲੜਨ ਲਈ ਆਜ਼ਾਦ ਹੈ, ਪਰ ਇਹ ਪ੍ਰੀਖਿਆ ਦੀ ਘੜੀ ਹੋਏਗੀ। ਇਹ ਆਮ ਇਜਲਾਸ ਤਾਂ ਸ਼੍ਰੋਮਣੀ ਕਮੇਟੀ ਦਾ, ਪ੍ਰਧਾਨ ਤਾਂ SGPC ਦਾ ਚੁਣਿਆ ਜਾਣਾ, ਪਰ ਇਹ ਪ੍ਰੀਖਿਆ ਦੀ ਘੜੀ ਹੋਏਗੀ ਬਾਦਲ ਧੜੇ ਲਈ, ਇਹ ਪ੍ਰੀਖਿਆ ਦੀ ਘੜੀ ਹੋਏਗੀ ਸੁਧਾਰ ਲਹਿਰ ਕਮੇਟੀ ਲਈ। ਪਿਛਲੀ ਤੋਂ ਪਿਛਲੀ ਵਾਰ ਜਦੋਂ ਆਮ ਇਜਲਾਸ ਹੋਇਆ ਸੀ ਤਾਂ ਬੀਬੀ ਜਗੀਰ ਕੌਰ ਮੈਦਾਨ 'ਚ ਨਿਕਲੀ। ਪਿਛਲੀ ਵਾਰ ਤਾਂ ਚਲੋ ਹੋਰ ਉਮੀਦਵਾਰ ਖੜਾ ਕੀਤਾ, ਬਹੁਤ ਮਾਰਜਨ ਨਾਲ ਪਿੱਛੇ ਰਹਿ ਗਿਆ ਸੀ, ਧਾਮੀ ਹੋਰੀ ਆਰਾਮ ਨਾਲ ਜਿੱਤ ਗਏ ਸੀ। ਪਰ ਜਦੋਂ ਬੀਬੀ ਜਗੀਰ ਕੌਰ ਪਿਛਲੇ ਤੋਂ ਪਿਛਲੇ ਸਾਲ ਖੜੀ ਹੋਈ ਸੀ ਤਦ ਪੂਰੀ ਕਸਮਕਸ ਸੀ, ਪੂਰੀ ਰੱਸਾਕੱਸੀ ਸੀ, ਪੂਰੀ ਖਿੱਚੋਤਾਣ ਸੀ। ਉਹਦੇ ਵਿੱਚ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ 100 ਤੋਂ ਵੱਧ ਵੋਟਾਂ ਲੈ ਗਏ ਸੀ ਔਰ ਬੀਬੀ 40-42 ਦੇ ਵੋਟਾਂ ਦੇ ਗੇਟ 'ਚ ਰਹਿ ਗਈ ਸੀ। ਪਰ ਤਦ ਬੀਬੀ ਦੇ ਨਾਲ ਕਿੰਨੀਆਂ ਤਾਕਤਾਂ ਖੜੀਆਂ ਸੀ ਜਿਹੜੀਆਂ ਬਾਦਲਾਂ ਦੇ ਉਲਟਾ, ਉਹਨਾਂ 'ਚ ਭਾਜਪਾ ਦਾ ਵੀ ਨਾਂ ਗਿਣਿਆ ਜਾਂਦਾ ਰਿਹਾ। ਪਰ ਇਸ ਵਾਰ ਵੀ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਜਿਹੜਾ ਕੱਦ ਹੈ, ਜਿਹੜੀ ਕਾਰਜ ਵਿਧਾ ਹੈ, ਜਿਹੜੀ ਉਹਨਾਂ ਦਾ ਮਤਲਬ ਜੀਵਨ ਵਿਵਹਾਰ ਹੈ, ਜੀਵਨ ਜਾਂਚ ਹੈ, ਉਹਨਾਂ ਦਾ ਰਹਿਣ ਸਹਿਣ ਹੈ, ਉਹਨਾਂ ਦੀ ਕਿਰਤ ਕਮਾਈ ਹੈ, ਉਹਦੇ ਹਵਾਲੇ ਨਾਲ ਬਿਰਤੀ ਵਾਲੇ ਔਰ ਧਾਰਮਿਕ ਬਿਰਤੀ ਵਾਲੇ ਨੇ, ਇਸ ਲਈ ਕਹਿੰਦੇ ਕਿ ਉਹਨਾਂ ਨੂੰ ਕੋਈ ਚੁਣੌਤੀ ਨਹੀਂ, ਜੇ ਉਹੀ ਉਮੀਦਵਾਰ ਹੋਏ ਤਾਂ ਆਰਾਮ ਨਾਲ ਜਿੱਤ ਜਾਣਗੇ। ਪਰ ਕੀ ਸਵਾਲ ਇਕੱਲੇ ਪ੍ਰਧਾਨ ਦਾ ਜਿੱਤਣਾ? ਕਿਉਂਕਿ ਵੈਸੇ ਤਾਂ ਜਿਹੜੀ ਚੋਣ ਹੁੰਦੀ ਹੈ ਉਹ ਇਹਨਾਂ ਚਾਰਾਂ ਲਈ ਵੋਟਾਂ ਪੈ ਸਕਦੀਆਂ, ਪਰ ਆਮ ਤੌਰ 'ਤੇ ਦੇਖਿਆ ਸੀ ਕਿ ਪ੍ਰਧਾਨ ਲਈ ਵੋਟਿੰਗ ਹੁੰਦੀ ਹੈ, ਬਾਕੀਆਂ ਲਈ ਫਿਰ ਸਹਿਮਤੀ ਨਾਲ ਚੁਣ ਲਿਆ ਜਾਂਦਾ ਅਤੇ ਹੱਥ ਖੜੇ ਕਰਾ ਲਓ, ਇੱਦਾਂ ਕਰਾ ਲਓ। ਚਲੋ ਆਪਾਂ ਇਹ ਚਾਰ ਮੈਂਬਰ ਪਰੇ ਵੀ ਰੱਖ ਲਈਏ, ਚਾਰ ਮੈਂਬਰ ਪਰੇ ਰੱਖਣ ਤੋਂ ਬਾਅਦ ਜਿਹੜੇ 11 ਮੈਂਬਰ ਚੁਣਨੇ ਆ ਕਮੇਟੀ ਦੇ, ਉਹਦੇ ਵਿੱਚ ਖੇਲਾ ਹੋਊਗਾ ਇਸ ਵਾਰ, ਕਿਉਂਕਿ ਸੁਧਾਰ ਲਹਿਰ ਜਿਹੜੀ ਅਕਾਲੀ ਦਲ ਸੁਧਾਰ ਕਮੇਟੀ ਹੈ ਉਹਦੇ ਕੋਲ ਜੇ ਵਿੱਚ ਰਹਿੰਦਿਆਂ ਵੀ ਲੜ ਕੇ ਬੀਬੀ ਜਗੀਰ ਕੌਰ 40-42 ਵੋਟਾਂ ਲੈ ਕੇ ਜਾਂਦੀ ਹੈ, ਕਿ ਬਾਗੀ ਧਿਰ ਵਜੋਂ ਲੜੂਗੀ ਤਾਂ ਹੋ ਸਕਦਾ ਕਹਿੰਦੇ ਉਹ 50+ ਵੋਟਾਂ ਲੈ ਜਾਵੇ,
ਤੇ ਜੇ 50 ਤੋਂ ਵੱਧ ਵੋਟਾਂ ਲੈ ਕੇ ਜਾਂਦੀ ਹੈ ਤਾਂ 4 ਤੋਂ 5 ਮੈਂਬਰ ਸਿੱਧੇ ਕਾਰਜਕਾਰਨੀ 'ਚ ਉਹਨਾਂ ਦੇ ਆ ਗਏ। ਇਜਲਾਸ ਦੇ ਵਿੱਚ ਜਿੰਨੇ ਮੈਂਬਰ ਹਿੱਸਾ ਲੈਂਦੇ ਨੇ ਉਹਨਾਂ ਦੇ ਵਿੱਚੋਂ 11 ਮੈਂਬਰਾਂ ਦੇ ਵਿੱਚੋਂ 1 ਮੈਂਬਰ ਚੁਣਾਉਣਾ ਹੈ, 11 ਪਿੱਛੇ 1। ਸੋ ਅੱਜ ਦੀ ਤਰੀਕ ਦੇ ਵਿੱਚ ਮਤਲਬ ਕਿ 150 ਕੁ ਮੈਂਬਰ ਹੈ ਅਤੇ 142-143 ਉਸ ਦਿਨ ਹਾਜ਼ਰ ਹੋ ਸਕਦਾ ਹੈ 28 ਅਕਤੂਬਰ ਨੂੰ। ਅਤੇ ਜੇ ਬੀਬੀ ਜਗੀਰ ਕੌਰ 44 ਵੋਟਾਂ ਲੈ ਕੇ ਜਾਂਦੀ ਹੈ ਮਤਲਬ 4 ਮੈਂਬਰ ਉਹਦੇ ਆ ਗਏ ਸਿੱਧੇ, 11 ਵਿੱਚੋਂ ਜੇ ਇੱਕ ਆਉਣਾ 44 ਆ ਗਏ, ਜੇ ਪਹਿਲੇ ਗੇੜ 'ਚ ਲੈ ਜਾਂਦੀ ਤਾਂ। ਸੋ ਕਾਰਜਕਾਰਨੀ 'ਚ ਜੇ ਬਾਦਲ ਧੜੇ ਤੋਂ ਬਿਨਾਂ ਵੀ 4-5 ਮੈਂਬਰ ਆ ਗਏ ਤਾਂ ਇਹਨਾਂ ਨੂੰ ਪਸੂੜੀ ਤਾਂ ਪਾਈ ਰੱਖਣਗੇ ਨਾ ਅਗਲੇ ਜੀ। ਸੋ ਇਸ ਲਈ ਇਹ ਚੁਣੌਤੀ ਵੀ ਹੈ। ਹਾਂ, ਚੁਣੌਤੀ ਇਹ ਤੋਂ ਅੱਗੇ ਹੈ ਕਿ ਐਸ ਜੀ ਪੀ ਸੀ ਦੇ ਇਸ ਇਜਲਾਸ ਦੇ ਵਿੱਚ ਬੇਸ਼ੱਕ ਸੁਖਬੀਰ ਬਾਦਲ ਹੋ ਰਹੀ ਧੜਾ ਅਜੇ ਵੀ ਭਾਰੂ ਰਹਿ ਜਾਵੇ, ਹੋ ਸਕਦਾ ਕਿਸੇ ਨਾ ਕਿਸੇ ਤਰੀਕੇ ਨਾਲ ਚੋਣ ਜਿੱਤਣ 'ਚ ਵੀ ਕਾਮਯਾਬ ਹੋ ਜਾਵੇ, ਪਰ ਸੁਖਬੀਰ ਬਾਦਲ ਦਾ ਰਾਹ ਸੁਖਾਲਾ ਨਹੀਂ ਹੈਗਾ। ਜਥੇਦਾਰ ਸਾਹਿਬ ਵੱਲੋਂ ਹੁਣ ਨਰਮੀ ਵਰਤ ਕੇ ਉਹ ਕੌਮ ਦੇ ਮੂਹਰੇ ਕੋਈ ਨਵੀਂ ਮੁਸ਼ਕਲ ਨਹੀਂ ਖੜੀ ਕਰਨਾ ਚਾਹੁਣਗੇ, ਉਹ ਇਸ ਪ੍ਰਕਿਰਿਆ ਨੂੰ ਹੁਣ ਬੜੀ ਗੰਭੀਰਤਾ ਨਾਲ ਲੈ ਰਹੇ ਨੇ ਅਤੇ ਜਿਹਦੇ ਨਾਲ ਸੁਖਬੀਰ ਬਾਦਲ ਦਾ ਮੰਨਿਆ ਜਾ ਰਿਹਾ ਕਿ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਹੋਣਾ ਹੁਣ ਤੈਅ ਹੈ। ਪਰ ਉਸ ਤੋਂ ਬਾਅਦ ਅਕਾਲੀ ਦਲ ਦਾ ਸਰੂਪ ਕੀ ਹੋਏਗਾ, ਬਣਤਰ ਕੀ ਹੋਏਗੀ, ਰੂਪ ਰੇਖਾ ਕੀ ਹੋਏਗੀ, ਉਹ ਵੀ ਹੈ। ਸੋ ਬੇਸ਼ੱਕ ਇਹ ਐਸ ਜੀ ਪੀ ਸੀ ਦਾ ਇਜਲਾਸ ਹੈ ਪਰ ਇਸ ਨੂੰ ਅਕਾਲੀ ਦਲ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਇਹ ਚੋਣਾਂ ਦੇ ਨਤੀਜੇ, ਇਜਲਾਸ ਦੇ ਨਤੀਜੇ ਵੀ ਤੈਅ ਕਰਨਗੇ ਕਿ ਕਿਹੜਾ ਧੜਾ ਭਾਰੂ ਹੈ ਅਤੇ ਕਿਹੜਾ ਧੜਾ ਨਹੀਂ। ਐਸ ਜੀ ਪੀ ਸੀ ਜਿਹਦੇ ਹੱਥ 'ਚ ਉਹੀ ਅਕਾਲੀ ਦਲ ਅਸਲੀ ਮੰਨਿਆ ਜਾਣ ਲੱਗ ਪਿਆ ਸੀਗਾ। ਇਹ ਜਿਹੜੀ ਪ੍ਰਵਿਰਤੀ ਪਈ ਹੈ ਕਿ ਇਸ ਨੂੰ ਬਰਕਰਾਰ ਰੱਖ ਸਕੂਗਾ ਸੁਖਬੀਰ ਬਾਦਲ ਵਾਲਾ ਧੜਾ ਜਾਂ ਨਹੀਂ, ਇਹ ਵੀ 28 ਤਰੀਕ ਨੂੰ ਪਤਾ ਲੱਗਣਾ ਜੀ। ਹੁਣ ਗੱਲ ਕਰਦੇ ਹਾਂ ਰੁਮਾਲਾ ਸਾਹਿਬ ਬਾਰੇ। ਬੜੀ ਹੀ ਸ਼ਰਧਾ ਦੇ ਨਾਲ ਗੁਰੂ ਘਰਾਂ ਦੇ ਵਿਚਕਾਰ ਰੁਮਾਲਾ ਸਾਹਿਬ ਚੜ੍ਹਾਈ ਜਾਂਦੇ ਨੇ, ਪਰ ਹੁਣ ਸੁਣਨ 'ਚ ਆ ਰਿਹਾ ਕਹਿੰਦੇ ਜੀ ਇਹਦੇ ਉੱਤੇ ਇਹਨੂੰ ਬੰਦ ਕਰਨ ਦੇ ਹੁਕਮ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਗੁਰੂ ਘਰਾਂ ਦੇ ਵਿਚਕਾਰ ਹੁਣ ਰੁਮਾਲੇ ਜਿਹੜੇ ਨੇ ਨਹੀਂ ਚੜ੍ਹਾਏ ਜਾਣਗੇ। ਨਹੀਂ, ਬੰਦ ਕਰਨ ਦੇ ਹੁਕਮ ਤਾਂ ਨਹੀਂ ਦਿੱਤੇ, ਇੱਕ ਸਲਾਹ ਦਿੱਤੀ ਹੈ ਧਰਮ ਪ੍ਰਚਾਰ ਕਮੇਟੀ ਨੇ। ਧਰਮ ਪ੍ਰਚਾਰ ਕਮੇਟੀ ਦੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਅਗਵਾਈ 'ਚ ਬੈਠਕ ਹੁੰਦੀ ਹੈ। ਉਸ ਬੈਠਕ 'ਚ ਫੈਸਲਾ ਹੁੰਦਾ ਕਿ ਜਿਹੜੇ ਰੁਮਾਲਾ ਸਾਹਿਬ ਨੇ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਜਦੋਂ ਆਪਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾਂਦੇ ਹਾਂ ਜਾਂ ਕਿਸੇ ਇਤਿਹਾਸਕ ਗੁਰੂ ਘਰ ਜਾਂਦੇ ਹਾਂ, ਹੈ ਨਾ, ਤਾਂ ਮੰਨ ਲਓ ਕੇਸਗੜ੍ਹ ਸਾਹਿਬ ਗਏ ਜਾਂ ਆਪਾਂ ਚਮਕੌਰ ਸਾਹਿਬ ਗਏ ਜਾਂ ਆਪਾਂ ਫਤਿਹਗੜ੍ਹ ਸਾਹਿਬ ਗਏ, ਹੈ ਨਾ, ਆਪਾਂ ਡੇਰਾ ਬਾਬਾ ਨਾਨਕ ਗਏ ਜਾਂ ਆਪਾਂ ਕਿਸੇ ਵੀ ਇਤਿਹਾਸਕ ਸਥਾਨ 'ਤੇ ਜਾਂਦੇ ਹਾਂ ਗੁਰੂ ਘਰ ਦੇ ਵਿੱਚ, ਤਾਂ ਆਪਾਂ ਸ਼ਰਧਾ ਮਤਲਬ ਕਿ ਭਾਵਨਾ ਦੇ ਨਾਲ ਗੁਰੂ ਘਰ ਦੇ ਵਿੱਚ ਪਾਵਨ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਰੁਮਾਲਾ ਭੇਟਾ ਲੈ ਜਾਂਦੇ ਹਾਂ ਕਿ ਆਪਾਂ ਰੁਮਾਲਾ ਸਾਹਿਬ ਅਸੀਂ ਭੇਟ ਕਰਨਾ ਚਾਹੁੰਦੇ ਹਾਂ ਜੀ। ਸੋ ਇਸ ਸ਼ਰਧਾ ਨੂੰ ਧਿਆਨ 'ਚ ਰੱਖਦਿਆਂ ਹੋਇਆ ਧਰਮ ਪ੍ਰਚਾਰ ਕਮੇਟੀ ਨੇ ਇੱਕ ਸੁਝਾਅ ਦੇ ਰੂਪ 'ਚ ਫੈਸਲਾ ਕੀਤਾ ਕਿ ਇਹਨੂੰ ਅਮਲੀ ਜਾਮਾ ਆਉਂਦੇ ਦਿਨਾਂ 'ਚ ਅਸੀਂ ਪਹਿਨਾਈਏ ਕਿ ਰੁਮਾਲਾ ਸਾਹਿਬ ਜਦੋਂ ਭੇਟ ਕੀਤੇ ਜਾਂਦੇ ਨੇ ਉਹਦੇ ਨਾਲ ਕਹਿੰਦੇ ਕਿ ਇੱਕ ਤਾਂ ਉਹਨਾਂ ਦੀ ਸੰਭਾਲ ਦੀ ਮੁਸ਼ਕਲ ਬੜੀ ਵੱਧ ਰਹੀ ਹੈ ਕਿਉਂ ਇੰਨੀ ਵੱਡੀ ਤਾਦਾਦ ਸੁਣਾਉਣ ਲੱਗ ਗਏ, ਕਿਉਂਕਿ ਇਹ ਮਸਲਾ ਕਿਤੇ ਨਾ ਕਿਤੇ ਇਸ ਪਹਿਲੂ ਨਾਲ ਵੀ ਹੈ ਕਿ ਇਹ ਸ਼ਰਧਾ ਦੇ ਨਾਲ ਨਾਲ ਸਾਡੀ ਪੋਕਟ ਦੇ ਨਾਲ ਵੀ ਜੁੜਿਆ ਨਾ ਕਿ ਅਸੀਂ ਸਮਰੱਥ ਹੋ ਗਏ ਹਾਂ। ਇਸ ਲਈ ਆਪਾਂ ਕਹਿੰਦੇ ਕਿ ਦੇਗ ਤਾਂ ਕਿਉਂ ਨਹੀਂ ਕਰਾਉਂਦੇ ਆਪਾਂ, ਉਹ ਵੀ ਆਪਾਂ ਸ਼ਰਧਾ ਦੇ ਅਨੁਸਾਰ ਕਰਾਉਂਦੇ ਹਾਂ ਆਪਣੀ, ਫਿਰ ਉਹਦੇ ਨਾਲ ਆਪਾਂ ਕਹਿੰਦੇ ਕਿ ਰੁਮਾਲਾ ਸਾਹਿਬ ਵੀ ਲੈ ਜਾਈਏ। ਸੋ ਧਰਮ ਪ੍ਰਚਾਰ ਕਮੇਟੀ ਕਹਿੰਦੀ ਕਿ ਇੱਕ ਤਾਂ ਇਹਨਾਂ ਦੀ ਬਾਅਦ 'ਚ ਸੰਭਾਲ ਵਾਲਾ ਮਸਲਾ ਬਹੁਤ ਵੱਡਾ ਹੁੰਦਾ ਕਿ ਇਹ ਦੁਬਾਰਾ ਕਿੱਥੇ ਕੰਮ ਆਉਣੇ ਨੇ, ਕਿਵੇਂ ਵਰਤੇ ਜਾਣੇ ਨੇ, ਕਿਵੇਂ ਰੱਖਣੇ ਨੇ, ਇਹ ਸਾਰੀ ਚੀਜ਼ਾਂ। ਦੂਜਾ ਇਹਦੇ ਨਾਲੋਂ ਵੀ ਜਿਹੜਾ ਅਹਿਮ ਪਹਿਲੂ ਉਹਨਾਂ ਨੇ ਸੁਝਾਇਆ ਉਹ ਗੌਰ ਮੰਗਦਾ। ਉਹ ਕਹਿੰਦੇ ਕਿ ਖੁੱਲ੍ਹੇ ਬਾਜ਼ਾਰ ਦੇ ਵਿੱਚੋਂ ਜਿਹੜੇ ਰੁਮਾਲਾ ਸਾਹਿਬ ਦੇ ਰੂਪ ਦੇ ਵਿੱਚ ਚੜ੍ਹਾਉਣ ਲਈ ਮਿਲਦੇ ਨੇ ਉਹਨਾਂ ਦੀ ਗੁਣਵੱਤਾ ਚੈੱਕ ਕਰਨ ਦੀ ਲੋੜ ਹੈ ਕਿ ਉਹ ਗੁਣਵੱਤਾ ਤੌਰ 'ਤੇ ਰੇਟ ਤਾਂ ਬਹੁਤ ਮਹਿੰਗੇ ਹੁੰਦੇ ਨੇ, ਮਤਲਬ ਆਮ ਤੌਰ 'ਤੇ 100-200 ਤੋਂ ਲੈ ਕੇ ਹਜ਼ਾਰਾਂ ਤੱਕ ਦੇ ਲੱਗੇ ਰੁਮਾਲਾ ਸਾਹਿਬ ਪਏ ਨੇ ਬਾਜ਼ਾਰ ਦੇ ਵਿੱਚ। ਸੋ ਇਹ ਇੱਕ ਜਿਹੜਾ ਕਾਰੋਬਾਰ ਬਣ ਗਿਆ ਉਸ ਹਵਾਲੇ ਨਾਲ ਐਸ ਜੀ ਪੀ ਸੀ ਧਰਮ ਪ੍ਰਚਾਰ ਕਮੇਟੀ ਕਹਿੰਦੀ ਕਿ ਉਹਦੀ ਗੁਣਵੱਤਾ 'ਤੇ ਤਾਂ ਕੋਈ ਧਿਆਨ ਹੀ ਨਹੀਂ। ਕਈ ਵਾਰ ਉਸ ਕੱਪੜਿਆਂ ਦੇ ਵਿੱਚ ਜਿਹੜੀ ਉਹ ਡਿਜ਼ਾਇਨਿੰਗ ਹੈ, ਚਾਹੇ ਉਹ ਗੋਟਾ ਲੱਗਿਆ, ਚਾਹੇ ਉਹ
ਕਢਾਈ ਹੋਈ ਹੈ, ਚਾਹੇ ਉਹ ਕੋਈ ਪੇਂਟ ਹੋਇਆ ਉਹਨੂੰ, ਚਾਹੇ ਉਹ ਰੰਗ ਵਰਤੇ ਗਏ ਨੇ, ਉਹ ਕਿਸ ਤਰ੍ਹਾਂ ਦੇ ਕੈਮੀਕਲ ਵਾਲੇ ਨੇ, ਕਿਸ ਤਰ੍ਹਾਂ ਦਾ ਕੱਪੜਾ, ਕਿਉਂਕਿ ਜਦੋਂ ਗੁਰੂ ਸਾਹਿਬ ਨੂੰ ਉਹ ਭੇਟ ਕੀਤੇ ਜਾਂਦੇ ਨੇ, ਉਹਨਾਂ ਲਈ ਵਰਤੇ ਜਾਂਦੇ ਨੇ, ਤਾਂ ਇਹ ਆਪਣੇ ਆਪ ਚ ਪਹਿਲੂ ਆ ਕਿ ਅੰਗਾਂ ਦੇ ਨਾਲ ਜਦੋਂ ਪਾਵਨ ਗੁਰੂ ਸਾਹਿਬ ਦੇ ਪੰਨਿਆਂ ਦੇ ਲਈ ਉਹਨਾਂ ਦੇ ਵਿੱਚ ਰੱਖਿਆ ਜਾਂਦਾ, ਤਾਂ ਉਹਦਾ ਉਸ ਪੰਨਿਆਂ ਤੇ ਕੋਈ ਅਸਰ, ਕਿਉਂਕਿ ਪ੍ਰਿੰਟਿੰਗ ਹੋਈ ਹੋਈ ਹੈ, ਛਪੇ ਹੋਏ ਆਪਾਂ ਜਿਹਨਾਂ ਨੂੰ ਪਵਿੱਤਰ ਅੰਗ ਮੰਨਦੇ ਹਾਂ, ਉਸ ਲਈ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਨੁਕਸਾਨ ਨਾ ਪਹੁੰਚੇ, ਇਸ ਭਾਵਨਾ ਨਾਲ ਵੀ ਫਿਰ ਵਿਚਾਰ ਕੀਤਾ ਗਿਆ। ਸੋ ਇਸ ਲਈ ਉਹਨਾਂ ਨੇ ਇਹਦੇ ਲਈ ਕਿਹਾ ਕਿ ਜੇਕਰ ਤੁਸੀਂ ਰੁਮਾਲਾ ਸਾਹਿਬ ਭੇਂਟ ਹੀ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਭੇਟਾ ਵਜੋਂ ਤੁਸੀਂ ਨਗਦ ਰਾਸ਼ੀ ਵੀ ਭੇਟ ਕਰ ਸਕਦੇ ਹੋ, ਉਹਦੇ ਲਈ ਵੱਖਰੇ ਕਾਊਂਟਰ ਹੋਣਗੇ ਜਿਹੜੀ ਰੁਮਾਲਾ ਸਾਹਿਬ ਦੇ ਨਾਂ ਤੇ ਭੇਟਾ ਹੋਏਗੀ। ਸੋ ਇਸ ਪਹਿਲੂ ਨੂੰ ਉਹ ਕਹਿੰਦੇ ਅਸੀਂ ਇਕੱਲੇ ਦਰਬਾਰ ਸਾਹਿਬ ਤੱਕ ਨਹੀਂ, ਹੋਰ ਗੁਰੂ ਘਰਾਂ ਤੱਕ ਵੀ ਲੈ ਕੇ ਜਾਵਾਂਗੇ। ਸੋ ਇਹ ਵੀ ਉਹਨਾਂ ਦੀ ਪਹਿਲਕਦਮੀ ਹੈ। ਇਹਦੇ ਨਾਲ ਨਾਲੇ ਧਰਮ ਪ੍ਰਚਾਰ ਕਮੇਟੀ ਨੇ ਇੱਕ ਵਾਰ ਫਿਰ ਜਿਹੜੇ ਸਰੋਪਾਓ ਪਾਏ ਜਾਂਦੇ ਨੇ ਉਹਨਾਂ ਨੂੰ ਲੈ ਕੇ ਵੀ ਮੁੜ ਕੇ ਮੰਥਨ ਕੀਤਾ ਕਿ ਘੱਟੋ ਘੱਟ ਸਰੋਪਾਓ ਦੀ ਵਰਤੋਂ ਸਿੱਖੀ ਸਰੂਪ ਦੇ ਵਿੱਚ ਹੀ ਕੀਤੀ ਜਾਵੇ, ਔਰ ਉਹ ਵੀ ਸਹੀ ਰੂਪ 'ਚ ਜਿਹੜਾ ਸਿੱਖੀ ਨੂੰ ਪਰਨਾਇਆ ਹੋਇਆ ਹੋਵੇ। ਸਰੋਪਾਓ ਦੀ ਬਹੁਤ ਵੱਡੀ ਮਹੱਤਤਾ ਹੈ, ਉਸ ਨੂੰ ਇੱਕ ਆਮ ਪਰਨਿਆਂ ਵਾਂਗ ਜਿਵੇਂ ਅਸੀਂ ਹਰ ਥਾਂ ਦੇਣ ਲੱਗ ਗਏ, ਹਰ ਸਮਾਗਮ 'ਤੇ ਦੇਣ ਲੱਗ ਗਏ, ਉਸ ਮਤਲਬ ਉਸ ਪਿਰਤ ਨੂੰ ਵੀ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ, ਇਹਦੇ ਪਰ ਵੀ ਚਰਚਾ ਹੋਈ ਹੈ। ਹੁਣ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਫਿਰ ਤੋਂ ਕਦਮ ਚੱਕਿਆ ਗਿਆ, ਕਿਉਂਕਿ ਨਵੇਂ ਕੈਬਨਿਟ ਦੀ ਮੀਟਿੰਗ ਜਿਹੜੀ ਹੈਗੀ ਹੈ ਪੰਜਾਬ ਦੇ ਵਿਚਕਾਰ ਹੋਈ ਹੈ, ਸਰ ਉਸ ਬਾਰੇ ਕੋਈ ਜਾਣਕਾਰੀ ਦੇ ਦਿਓ। ਦੇਖੋ ਜਦੋਂ ਕੈਬਨਿਟ ਦਾ ਵਿਸਤਾਰ ਹੋਇਆ, ਕੈਬਨਿਟ ਦੇ ਵਿਸਤਾਰ ਤੋਂ ਬਾਅਦ ਨਵੇਂ ਮੰਤਰੀ ਬਣੇ ਤੇ ਉਹਨਾਂ ਦੇ ਹਵਾਲੇ ਨਾਲ ਅੱਜ ਉਹਨਾਂ ਮੰਤਰੀਆਂ ਦੀ ਪਹਿਲੀ ਮੀਟਿੰਗ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਅਗਵਾਈ 'ਚ। ਪਹਿਲਾਂ ਉਹ ਮੀਟਿੰਗ ਜਲੰਧਰ ਰੱਖੀ ਗਈ ਸੀ, ਫਿਰ ਉਸਨੂੰ ਤਬਦੀਲ ਕਰਕੇ ਚੰਡੀਗੜ੍ਹ ਕੀਤਾ ਗਿਆ। ਚੰਡੀਗੜ੍ਹ ਦੇ ਵਿੱਚ ਬਕਾਇਦਾ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਲਈ, ਉਹ ਤੋਂ ਬਾਅਦ ਉਹ ਫੈਸਲੇ ਦੇ ਰੂਪ 'ਚ ਸਾਹਮਣੇ ਆਈ ਕਿ ਚਾਹੇ ਉਹ ਮੰਡੀਆਂ ਦੇ ਹਵਾਲੇ ਨਾਲ ਸੀ, ਚਾਹੇ ਮਾਝੀ ਵਾਲੇ ਮਾਮਲੇ ਦੇ ਵਿੱਚ ਕੁਝ ਖੇਤਰ ਦੇ ਲੋਕ ਜਿਹੜੇ ਕਿਸਾਨਾਂ ਨਾਲ ਕੰਮ ਕਰਦੇ ਸੀ ਉਹਨਾਂ ਨੂੰ ਕੁਝ ਜ਼ਮੀਨਾਂ ਦੇਣ ਦੇ ਮਾਲਕਾਂ ਦੇ ਹੱਕ ਦਾ ਹਵਾਲਾ ਹੈ ਜਾਂ ਹੋਰ ਵੱਖ ਵੱਖ ਪਹਿਲੂ ਨੇ, ਕਈ ਫੈਸਲੇ ਇਸ ਮੀਟਿੰਗ 'ਚ ਵਿਚਾਰੇ ਗਏ। ਪਰ ਇਹ ਤੋਂ ਪਹਿਲਾਂ ਕੱਲ੍ਹ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਦਿੱਲੀ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਸੱਦਿਆ ਸੀਗਾ, ਉਹ 'ਚ ਮੁੱਖ ਮੰਤਰੀ ਭਗਵੰਤ ਮਾਨ ਤਾਂ ਹਾਜ਼ਰ ਨਹੀਂ ਹੈਗੇ ਸੀਗੇ, ਪਰ ਇਹ ਇਸ ਪਰ ਚਰਚਾ ਵੀ ਹੋਈ, ਇਹਦੇ ਪਰ ਸਵਾਲ ਵੀ ਹੋਏ ਕਿ ਭਗਵੰਤ ਮਾਨ ਹੋਰਾਂ ਤੋਂ ਬਿਨਾਂ ਹਾਜ਼ਰੀ ਤੋਂ ਬਿਨਾਂ ਕਿਉਂ ਕੈਬਨਿਟ ਬੈਠਕ ਕੀਤੀ ਗਈ, ਅਰਵਿੰਦ ਕੇਜਰੀਵਾਲ ਨੇ ਕਿਉਂ ਬੈਠਕ ਲਈ। ਪਰ ਕਹਿੰਦੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਪੁਰਾਣੇ ਤੇ ਨਵੇਂ ਮੰਤਰੀਆਂ ਨੂੰ ਸੁਝਾਅ ਦਿੱਤਾ ਕਿ ਜਿਹੜੇ ਏਜੰਡਿਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਜਿਹੜੇ ਵਾਅਦਿਆਂ ਤੇ ਆਮ ਆਦਮੀ ਪਾਰਟੀ ਸਰਕਾਰ ਬਣੀ ਆ, ਜਿਹੜੇ ਕੰਮ ਕਰਨ ਲਈ ਆਮ ਆਦਮੀ ਪਾਰਟੀ ਸਰਕਾਰ ਬਣੀ ਆ, ਜਿਹੜੇ ਅਸੀਂ ਮਤਲਬ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦੇ ਵਾਅਦੇ ਨਾਲ ਬਣਿਆ, ਉਹਨਾਂ ਪਹਿਲੂਆਂ ਤੇ ਕੰਮ ਕਰਨਾ। ਕਹਿੰਦੇ ਕੁਝ ਨਸੀਹਤਾਂ, ਕੁਝ ਸਲਾਹਾਂ, ਕੁਝ ਟਕੋਰਾਂ ਤੇ ਕੁਝ ਫੈਸਲੇ ਕਹਿੰਦੇ ਪੰਜਾਬ ਦੇ ਮੰਤਰੀਆਂ ਨੂੰ ਸੁਝਾਏ ਨੇ ਜਾਂ ਦਿੱਤੇ ਨੇ ਕੇਜਰੀਵਾਲ ਉਹਨਾਂ ਨੇ, ਉਹ ਤੋਂ ਬਾਅਦ ਉਹ ਕੱਲ੍ਹ ਦਿੱਲੀ ਤੋਂ ਪਰਤੇ ਤੇ ਅੱਜ ਫਿਰ, ਕਿਉਂਕਿ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬਕਾਇਦਾ ਤੌਰ ਤੇ ਆੜ੍ਹਤੀਆਂ ਨਾਲ ਮਸਲਾ ਹੱਲ ਕਰਕੇ ਮੰਡੀਆਂ ਦੀ ਖਰੀਦ ਸ਼ੁਰੂ ਕਰਾਤੀ। ਕਿਸਾਨਾਂ ਨਾਲ ਬੈਠਕ ਸੀ ਪਰ ਉਹ ਤੋਂ ਟਾਲਾ ਵੱਟ ਗਏ, ਮੁੱਖ ਮੰਤਰੀ ਨਹੀਂ ਗਏ ਉਹਨਾਂ ਦੀ ਬੈਠਕ ਦੇ ਵਿੱਚ। ਹਾਂ, ਉੱਥੇ ਗੁਰਮੀਤ ਕੁੱਡੀਆਂ ਹੋਰਾਂ ਨੂੰ ਭੇਜਿਆ, ਇਸੇ ਲਈ ਗੁਰਮੀਤ ਕੁੱਡੀਆਂ ਕੱਲ੍ਹ ਦਿੱਲੀ ਨਹੀਂ ਜਾ ਸਕੇ ਕੇਜਰੀਵਾਲ ਵਾਲੀ ਬੈਠਕ ਦੇ ਵਿੱਚ, ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਕੈਬਨਿਟ ਬੈਠਕ ਲਈ ਹੈ। ਸੋ ਨਵੇਂ ਮੰਤਰੀ ਬਣਨ ਤੋਂ ਬਾਅਦ ਜਿਹੜੇ 5 ਮੰਤਰੀ ਸ਼ਾਮਿਲ ਹੋਏ ਉਹਨਾਂ ਤੋਂ ਬਾਅਦ ਇਹ ਪਹਿਲੀ ਕੈਬਨਿਟ ਬੈਠਕ ਸੀ। ਕੁਝ ਅਹਿਮ ਫੈਸਲੇ ਹੋਏ ਨੇ, ਕੁਝ ਧਿਰਾਂ ਨੂੰ ਪੰਚਾਇਤੀ ਚੋਣਾਂ ਨਾਲ ਜੋੜ ਕੇ ਵੀ ਦੇਖ ਰਹੀਆਂ ਨੇ ਫੈਸਲਿਆਂ ਨੂੰ। ਸੋ ਦੇਖਦੇ ਹਾਂ ਜੀ ਇਹਦਾ ਅਸਰ ਜਾਂਦਾ ਨਹੀਂ ਜਾਂਦਾ, ਪਰ ਮੁੱਖ ਮੰਤਰੀ ਹੋਰਾਂ ਦੀ ਬੈਠਕ ਲੈਣ ਤੋਂ ਪਹਿਲਾਂ ਕੇਜਰੀਵਾਲ ਹੋਰਾਂ ਦੀ ਕੈਬਨਿਟ ਬੈਠਕ ਲੈਣਾ, ਇਹਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਆ। ਤੇ ਬਹੁਤ ਬਹੁਤ ਧੰਨਵਾਦ ਸਰ ਇਸ ਸ਼ੋਅ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ। ਬਹੁਤ ਬਹੁਤ ਸ਼ੁਕਰੀਆ।